ਇੱਕ طرفਾ ਖੁੱਲ੍ਹ ਦੇਈ ਜਾ ਰਹੇ ਹੋ ਤੇ ਦੂਜੀ ਤਰਫਾ ਤੁਸੀਂ ਸੰਗਲ ਪਾਈ ਜਾ ਰਹੇ ਹੋ ਇੰਜ ਰਿਸ਼ਤੇ ਨਹੀਂ ਨਿਭਦੇ ਰਿਸ਼ਤਿਆਂ ਵਿੱਚ ਤੁਹਾਨੂੰ ਦੋਨਾਂ ਨੂੰ ਬਰਾਬਰ ਦੀ ਉਡਾਨ ਦੇਣੀ ਪੈਂਦੀ ਹੈ ਦਮਨ ਮੈਂ ਸ਼ਾਇਦ ਉਸ ਰਾਤ ਸੁੱਤੀ ਨਹੀਂ ਸੀ ਮੇਰੇ ਲਈ ਇਹ ਕੰਪੈਰੀਜ਼ਨ ਕਰਨਾ ਔਖਾ ਹੋ ਗਿਆ ਕਿ ਮੇਰੀ ਜ਼ਿੰਦਗੀ ਚ ਕੌਣ ਵੱਡਾ ਰੋਲ ਮਾਡਲ ਹੋਏਗਾ ਮੇਰਾ ਪਿਓ ਕਿ ਮੇਰੀ ਮਾਂ ਬਹੁਤ ਸਾਰੇ ਘਰ ਮੈਂ ਇੰਜ ਵੀ ਟੁੱਟਦੇ ਦੇਖੇ ਨੇ ਜਿੱਥੇ ਨਾ ਜੀ ਇਹ ਨਾ ਸੀ ਹੋਰ ਸਹੀ ਤਾਂ ਹੋਰ ਕਿਹੜਾ ਅਰਸ਼ ਉਤਰਨਾ ਭਾਈ ਤੇ ਨਾ ਉਹ ਪੂਰਾ ਉਦਾਂ ਹੀ ਤਰਾਸ਼ਿਆ ਹੋਊਗਾ ਤੇ ਦੋ ਪੰਡਿਆਂ ਦੇ ਖੜਕਦੇ ਜ਼ਰੂਰ ਹੈਗੇ ਪਰ ਉਹ ਖੜਕਾ ਜਿਹੜਾ ਹੈਗਾ ਯਾ ਸਿਆਣੇ ਕਹਿੰਦੇ ਆ ਕਿ ਆਪਣੇ ਤੱਕ ਹੀ ਹੋਵੇ ਤਾਂ ਚੰਗਾ ਲੱਗਦਾ ਜੇ ਬਾਹਰ ਚਲਾ ਜਾਵੇ ਤਾਂ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਯਾ ਕਿ ਆਂਦੇ ਨੇ ਸਾਡੇ ਕੋਲ ਬੇਟੇ ਜਿਹੜੇ ਕਹਿੰਦੇ ਨੇ ਜੀ ਸ ਮੇਰੇ ਦੋਸਤਾਂ ਨੇ ਕਿਹਾ ਤੂੰ ਵਿਆਹ ਤੋਂ ਪਹਿਲਾਂ ਆਪ ਟ੍ਰਾਈ ਟ੍ਰਾਇਲ ਲੈ ਇਹ ਲਫ਼ਜ਼ ਨੇ ਇਹੀ ਵਰਤਦੇ ਨੇ ਕਿ ਤੁਸੀਂ ਫਲਾਣੀ ਔਰਤ ਨਾਲ ਜਾ ਕੇ ਟ੍ਰਾਇਲ ਲੈ ਕੇ ਆਓ ਹਮਦਸਤਰ ਹੋ ਤਾਂ ਹੀ ਤੁਸੀਂ ਆਪਣੀ ਪਤਨੀ ਨਾਲ ਬੈਠ ਸਕੋਗੇ

ਏ ਬੇਟੀ ਨੇ ਜ਼ਿੰਦਗੀ ਪਰ ਇੱਥੇ ਰਹਿਣਾ ਏ ਦੂਜੇ ਪ੍ਰਾਇ ਮਰਦਵਾਲ ਨਹੀਂ ਜਾਏਗੀ ਏ ਫਲਾਣੇ ਤਰੀਕੇ ਆਪਣੇ ਸਹਰਿਆਂ ਦੀ ਸੇਵਾ ਕਰੂਗੀ ਏ ਇਦਾਂ ਉਹਦੀ ਰੋਟੀ ਬਣਾਉਗੀ ਇਦਾਂ ਕੱਪੜੇ ਦਊਗੀ ਯਾਨੀ ਅਸੀਂ ਇੱਕ ਲਿਸਟ ਤਿਆਰ ਕਰ ਦਿੱਤੀ ਜੋ ਸਿਰਫ ਔਰਤ ਤੱਕ ਸਮਰਪਿਤ ਹੈ ਕਦੇ ਨਹੀਂ ਇਹ ਕਿਹਾ ਕਿ ਪੁੱਤਰ ਜੀ ਹੁਣ ਆਪਣੀ ਜ਼ਿੰਦਗੀ ਨੂੰ ਟਾਲਣਾ ਤੁਸੀਂ ਤੇ ਉਹ ਕਿਉਂਕਿ ਹੋਰ ਘਰ ਚੋਂ ਇਸ ਘਰ ਨੂੰ ਵਸਾਉਣ ਆਈ ਹੈ ਗਾਂ ਤੋਰਨ ਆਈ ਹੈ ਇਸ ਟੱਬਰ ਦੇ ਵਿੱਚ ਸੋ ਪਰ ਲੋਦੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹੀ ਲੈ ਕੇ ਬਹਿ ਗਏ ਕਿ ਮੇਰਾ ਉਹਦਾ ਮੇਰੇ ਪੈਸੇ ਮੈਂ ਫਿਰ ਤਾਂ ਉਹ ਰਿਸ਼ਤਾ ਖਤਮ ਹੈ ਉਹਦੇ ਚ ਹੈ ਹੀ ਨਹੀਂ ਦਵਨ ਮੈਨੂੰ ਲੱਗਦਾ ਕਿ ਮੈਂ ਸਭ ਤੋਂ ਡਾਂਡੀ ਸੀ ਆਪਣੇ ਟੰਬਰ ਚ ਕਿਉਂਕਿ ਮੈਂ ਆਪਣੇ ਮੰਮੀ ਨਾਲ ਬਹੁਤ ਲੜਨਾ ਕਿ ਤੁਸੀਂ ਉਹਨਾਂ ਸਮਿਆਂ ਚ ਬੀਏ ਕੀਤੀ ਹੋਈ ਤੇ ਆਪਣਾ ਸਾਰਾ ਕਰੀਅਰ ਖਤਮ ਕਰਕੇ ਤੁਸੀਂ ਰੋਟੀਆਂ ਜੁਗ ਗਈ ਰਹੇਗੇ ਘਰ ਜੁਗ ਗਈ ਰਹੇਗੇ ਜੇ ਤਾਂ ਤੁਸੀਂ ਉਹ ਦੋਹੀਂ ਉਸ ਆਪਣੇ ਨਿੱਕੀ-ਮੋਟੀ ਆਨ ਬਣਨ ਨੂੰ ਖਤਮ ਕਰ ਲਓ ਤਾਂ ਇਹ ਤਰੇੜਾਂ ਦਿਖਦੀਆਂ ਨਹੀਂ ਪਰ ਜੇ ਉਹਨੂੰ ਤੁਸੀਂ ਲੰਬੀ ਲੈ ਜਾਂਦੇ ਹੋ ਅਗਲੇ ਦਿਨ ਤੱਕ ਤਾਂ ਉਹ ਤਰੇੜ ਜ਼ਿੰਦਗੀ ਭਰ ਚ ਥੋੜੀ-ਥੋੜੀ ਥੋੜੀ-ਥੋੜੀ ਕਰਕੇ ਵੱਧਦੀ ਰਹਿੰਦੀ ਹੈ ਸਾਰੇ ਵੱਲੋਂ ਦੀ ਗੱਲ ਕਰ ਰਹੀਆਂ ਜਿਹੜਾ ਇਹ ਜਿਗਰਾ ਕਰਕੇ ਆਪਣੇ ਪੁੱਤਰ ਨੂੰ ਕਹਿ ਸਕੇ ਕਿ ਕਾਕਾ ਅਸੀਂ ਸਕੈਂਡਰੀਆਂ ਹੁਣ ਉਹ ਪ੍ਰਾਇਮਰੀ ਐ ਅਡੀ ਪ੍ਰੇਡਿਕਸ਼ਨ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਸਿਆਣੇ ਅਕਸਰ ਹੀ ਕਹਿੰਦੇ ਆਂ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਤੇ ਕਈ ਸਿਆਣੇ ਲੋਕ ਇਹ ਵੀ ਕਹਿੰਦੇ ਆ ਕਿ ਚਿਟਚੌਲ ਜਿਨ੍ਹਾਂ ਨੇ ਪੁਣ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਵਾਕੀ ਵਿਆਬੇਸ਼ਕ ਬਹੁਤ ਹੁੰਦੇ ਆ ਪਰ ਜੋੜੀਆਂ ਜਿਹੜੀਆਂ ਨੇ ਬਹੁਤ ਥੋੜੀਆਂ ਬਣਦੀਆਂ ਨੇ ਜੋ ਮਿਸਾਲ ਪੇਸ਼ ਕਰਦੀਆਂ ਨੇ ਤੇ ਅੱਜ ਆਪਾਂ ਇਸੇ ਬਾਰੇ ਹੀ ਗੱਲਬਾਤ ਕਰਾਂਗੇ ਕਿ ਆਪਣੇ ਵਿਆਹਤਾ ਜੀਵਨ ਨੂੰ ਇਨਸਾਨ ਖੁਸ਼ਹਾਲ ਕਿਵੇਂ ਬਣਾ ਸਕਦਾ ਆ ਤੇ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ ਹਰੀ ਜੀ ਜਿਨ੍ਹਾਂ ਕੋਲੋਂ ਅਸੀਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਹੀ ਇਸ ਵਿਸ਼ੇ ਬਾਰੇ ਵੀ ਚਰਚਾ ਕਰਾਂਗੇ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ अमन ਤੁਹਾਨੂੰ ਅਸਲ 'ਚ ਵਾਰ-ਵਾਰ ਮਿਲਣਾ ਹੀ ਮੇਰਾ ਤਾਂ ਚਾਹ ਹੈ ਕਿਉਂਕਿ ਤੁਸੀਂ ਬੱਚੀਆਂ ਦੋਨੋਂ ਬਹੁਤ ਮਿਹਨਤ ਕਰ ਰਹੀਆਂ ਹੋ ਸਸਬ ਤੋਂ ਪਹਿਲਾਂ ਤਾਂ ਦੁਆਵਾ ਕਿ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਕਿਉਂਕਿ ਜਿਸ ਟੰਗ ਨਾਲ ਤੁਸੀਂ ਦਿਨ ਰਾਤ ਜੁਟੀਆਂ ਹੋਇਆਂ ਹੋ ਤੁਸੀਂ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਸ਼ੁਕਰੀਮਮ ਦੁਆਵਾਂ ਦੇ ਲਈ ਜੀ ਮੈਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਹੈ ਨਾ ਤਾਂ ਮਾਪੇ ਉਸ ਨੂੰ ਕੋਈ ਨਾ ਕੋਈ ਸਿੱਖਿਆ ਜ਼ਰੂਰ ਦੇ ਕੇ ਤੋਰਦੇ ਹੈਗੇ ਆ ਜਦੋਂ ਤੁਹਾਡਾ ਵਿਆਹ ਹੋਇਆ ਤਾਂ ਤੁਹਾਡੇ ਮਾਪਿਆਂ ਨੇ ਉਦੋਂ ਤੁਹਾਨੂੰ ਕਿਹੜੀ ਸਿੱਖਿਆ ਦੇ ਕੇ ਤੋਰਿਆ ਸੀ ਦੇਖੋ ਉਦੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਉਹਨਾਂ ਨੇ ਮੇਰਾ ਕਿਹਾ ਲ ਦੁਪਹਿਰ ਦਾ ਸਮਾਂ ਹੋਏਗਾ ਮੈਨੂੰ ਕਹਿਣ ਲੱਗੇ ਅੰਦਰੋਂ ਨਾ ਰਸੋਈ ਚੋਂ ਦੋ ਕੱਪ ਇਸ ਤਰ੍ਹਾਂ ਉੱਪਰ ਕੋਨੇ ਤੇ ਹੋਣਗੇ ਜਾਂ ਲੈ ਕੇ ਆ ਤੇ ਮੈਂ ਉਹ ਚੁੱਕ ਲਈ ਕਿਉਂਕਿ ਉਹਦੇ ਤੇ ਰੋਜ਼ ਚਾਹ ਲੈਂਦੇ ਹੀ ਹੁੰਦੇ ਸੀ ਮੈਂ ਸਪਸ਼ਟ ਕਰ ਦਿਆਂ ਕਿ ਮੈਂ ਬਹੁਤ ਜ਼ਿਆਦਾ ਰੱਜੇ ਪੁੱਜੇ ਕਰਾਂ ਜੋ ਪੈਸੇ ਪੱਖੋਂ ਨਹੀਂ ਸਾਂ ਪਰ ਉਦਾਂ ਜੇ ਕੋ ਗਿਆਨ ਵਜੋਂ ਤਾਂ ਬਹੁਤ ਰੱਜਿਆ ਪਜੈ ਟੱਬਰ ਸੀ ਸੋ ਮੈਂ ਉਹ ਕੱਪ ਲੈ ਆਈ ਤੇ ਜਦੋਂ ਲਿਆ ਕੇ ਮੈਨੂੰ ਕਹਿੰਦੇ ਦੇਖਾਂ ਦੋਨਾਂ ਕੱਪਾਂ 'ਚ ਕੋਈ ਫਰਕ ਲੱਗਦਾ ਤੇ ਉਹ ਕੱਪ ਦੋਨੋਂ ਜਦੋਂ ਮੈਂ ਘੁਮਾ ਕੇ ਦੇਖੇ ਤਾਂ ਉਹਨੂੰ ਕਿੱਤੇ ਹੁੰਦਾ ਸੀ ਕਿ ਨਵੇਂ ਰੋਜ਼ ਦਿਹਾੜੀ ਲਈ ਜਾਣੇ ਤਾਂ ਉਹ ਕੱਪ ਦਾ ਹੈਂਡਲ ਜੋੜੇ ਹੋਏ ਸਨ ਨਹੀਂ ਟੁੱਟੇ ਹੋਏ ਸਨ ਤੇ ਉਹ ਜੋੜ ਦਿੱਤੇ ਗਏ ਸਨ ਮੈਂ ਕਿਹਾ ਜੀ ਇੱਕ ਦੇ ਤਾਂ ਸਪਸ਼ਟ ਦਿਖਦਾ ਜੇ ਕਿ ਟੁੱਟਿਆ ਹੋਇਆ ਦੂਸਰੇ ਦੇ ਬਹੁਤ ਸਫਾਈ ਨਾਲ ਜੋੜਿਆ ਹੋਇਆ ਉਹ ਦਿਖਦਾ ਨਹੀਂ ਵੀ ਬੜੇ ਔਖੇ ਹੀ ਦਿਸਦਾ ਵੀ ਹਾਂ ਪਰ ਹੈਂਡਲ ਦੋਨਾਂ ਦੇ ਟੁੱਟੇ ਹੋਏ ਸੀ ਕਹਿਣ ਲੱਗੇ ਜਿਹੜਾ ਤੈਨੂੰ ਲੱਗਦਾ ਹੈ ਨਾ ਕਿ ਬਹੁਤ ਯਾਨੀ ਔਖਾ ਜਾਂ ਤੈਨੂੰ ਦੱਸਿਆ ਬੜੇ ਵਧੀਆ ਤਰੀਕੇ ਜੁੜਿਆ ਹੋਇਆ ਉਹ ਉਸੇ ਵੇਲੇ ਜੋੜ ਦਿੱਤਾ ਗਿਆ ਸੀ ਤੇ ਜਿਹੜਾ ਦੂਸਰਾ ਉਹ ਇੱਕ ਦਿਨ ਛੱਡ ਕੇ ਕਿ ਕਰੇ ਦੋ ਦਿਨ ਛੱਡ ਕੇ ਜੋੜਿਆ ਸੀ ਸੋਦੇ ਚਲ ਕੀ ਮਾਸੀ ਜੋ ਮਿੱਟੀ ਫਸ ਗਈ ਹੈ ਕੁਝ ਤਾਂ ਦਿਖਦਾ ਰਿਹਾ ਤਰੇੜ ਸੋ ਇਹੋ ਕੁਛ ਇਨਸਾਨੀ ਰਿਸ਼ਤਿਆਂ ਦਾ ਹੁੰਦਾ ਕਿ ਜਿਸ ਵਿੱਚ ਤੁਸੀਂ ਜੇ ਤਾਂ ਤੁਸੀਂ ਉਦੋਂ ਹੀ ਉਸ ਆਪਣੀ ਨਿੱਕੀ ਮੋਟੀ ਆਨ ਬਣ ਨੂੰ ਖਤਮ ਕਰ ਲਓ ਤਾਂ ਇਹ ਤਰੇੜਾਂ ਦਿਖਦੀਆਂ ਨਹੀਂ ਪਰ ਜੇ ਉਹਨੂੰ ਤੁਸੀਂ ਲੰਬੀ ਲੈ ਜਾਂਦੇ ਹੋ ਅਗਲੇ ਦਿਨ ਤੱਕ ਤਾਂ ਉਹ ਤਰੇੜ ਜ਼ਿੰਦਗੀ ਭਰ ਚ ਥੋੜੀ 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 ਕਰਕੇ ਵੱਧਦੀ ਰਹਿੰਦੀ ਹੈ ਸੋ ਕੱਲ ਨੂੰ ਤੇਰਾ ਹੋ ਜਾਣਾ ਵਿਆਹ ਅਸੀਂ ਬਾਕੀ ਟੱਬਰਾਂ ਵਾਂਗ ਨਹੀਂ ਆ ਕਿ ਜਿਨ੍ਹਾਂ ਨੂੰ ਕਈਏ ਵੀ ਪਿਛਲਾ ਦਰਵਾਜ਼ਾ ਤੇਰਾ ਬੰਦ ਦਾ ਇਹੋ ਜਿਹਾ ਕੁਝ ਨਹੀਂ ਹੈ ਪਰ ਤੋੜਨਾ ਬਹੁਤ ਸੌਖਾ ਹੁੰਦਾ ਹੈ ਨਿਭਾਉਣ ਵਾਲੇ ਜਿਹੜੇ ਹੋਣਗੇ ਨਾ ਉਹ ਰੇਅਰ ਹੁੰਦੇ ਨੇ ਉਹ ਕੁਝ ਵਕ ਹੋਣਾ ਚਾਹੀਦਾ ਵੀ ਦੋ ਭਾਂਡੇ ਵੀ ਖੜਕ ਜਾਂਦੇ ਨੇ ਤੇ ਸਾਕੇ ਭਰਾ ਭੈਣਾਂ ਦੀ ਤੁਹਾਡੀ ਇੱਥੇ ਵੀ ਹੋਈ ਜਾਂਦੀ ਹੈ ਨਾ ਥੋੜੀ-ਮੋਟੀ ਉੱਚੀ-ਨੀਵੀਂ ਗੱਲ ਤਾਂ ਇਸੇ ਤਰ੍ਹਾਂ ਹੁਣ ਇੱਕ ਹੋਰ ਟੱਬਰ ਚੋਂ ਪਲਿਆ ਤੂੰ ਕਿਸੇ ਹੋਰ ਟੱਬਰ ਚੋਂ ਪਲਿਆ ਬਹੁਤ ਵੱਖਰਾਤਾਂ ਹੋਣਗੀਆਂ ਕਿਉਂਕਿ ਉਦੋਂ ਲਵ ਮੈਰਿਜਸ ਵਰਗੇ ਨਹੀਂ ਸੀ ਹੁੰਦੇ ਸਿਸਟਮ ਤੇ ਤੁਸੀਂ ਭਈ ਇਹ ਕੋਸ਼ਿਸ਼ ਕਰਿਓ ਕਿ ਜੇ ਲੜਾਈ ਹੋਣੀ ਹੈ ਮੈਂ ਨਹੀਂ ਇਹ ਕਹਿੰਦਾ ਨਹੀਂ ਹੋਏਗੀ ਹੋਏਗੀ पर कोशिश सिर्फ इतनी करनी है कि ਤੁਸੀਂ ਅਗਲਾ ਦਿਨ ਨਹੀਂ ਪੈਣ ਦੇਣਾ ਉਸ ਰਾਤ ਨੂੰ ਨਵੇੜ ਕੇ ਸੌਣਾ ਵੀ ਅਗਲੇ ਦਿਨ ਸਵੇਰੇ ਇਹ ਗੱਲ ਜਾਰੀ ਨਹੀਂ ਰਹਿਣੀ ਚਾਹੀਦੀ ਸੋ ਉਹ ਗੱਲ ਮੈਨੂੰ ਬੜੀ ਟੁੰਬੀ ਤੇ ਮੈਂ ਆਪਣੇ ਜਦੋਂ ਇਸ ਤਰ੍ਹਾਂ ਵਿਆਹ ਤੋਂ ਬਾਅਦ ਪਹਿਲੀ ਰਾਤ ਇਹੋ ਗੱਲ ਫਿਰ ਮੈਂ ਗੱਲ ਆਪਣੇ ਪਤੀ ਨਾਲ ਵੀ ਸਾਂਝੀ ਕੀਤੀ ਡਾਕਟਰ ਗੁਪਾਲ ਨਾਲ ਕਿ ਆਪਾਂ ਹੋ ਸਕਦਾ ਸਾਡੀਆਂ ਬਹੁਤ ਕੁਝ ਮੇਰੇ ਚ ਵੀ ਖਾਮੀਆਂ ਹੋਣਗੀਆਂ ਕੁਝ ਤੁਹਾਡੇ ਚ ਹੋਣਗੀਆਂ ਤਾਂ ਜੇ ਆਪਣੀ ਹੋ ਵੀ ਗਈ ਆਣ ਬਣ ਕੋਸ਼ਿਸ਼ ਤਾਂ ਕਰ ਵੇਖਦੇ ਆਂ ਵੀ ਅਗਲੇ ਦਿਨ ਤੱਕ ਨਾ ਤਰੇ ਤੇ ਰੱਬ ਦੀ ਮਿਹਰ ਹੈ ਜੀ ਹੁਣ 34 ਸਾਲ ਹੋ ਗਏ ਅਗਲੇ ਦਿਨ ਤੱਕ ਅਜੇ ਤੱਕ ਤਾਂ ਨਹੀਂ ਅਸੀਂ ਲੈ ਕੇ ਗਏ ਪਰ ਮੈਂ ਕੈਮਰੇ ਸਾਹਮਣੇ ਝੂਠ ਵੀ ਨਹੀਂ ਬੋਲਾਂਗੀ ਕਿ ਦੋ ਹੀ ਦਿਨ ਲੰਘਦੇ ਹੋਣਗੇ ਨਾ ਕਿਸੇ ਨਾ ਕਿਸੇ ਚੀਜ਼ ਤੇ ਅਣਵਣ ਤੇ ਹੁਣ ਮੈਨੂੰ ਪਤਾ ਕਿਉਂ ਜਾਣ ਕੇ ਕਈ ਵਾਰ ਕਰ ਜਾਨੀ ਆ ਕਿਉਂਕਿ ਅਸੀਂ ਇੱਕ ਫੈਸਲਾ ਕੀਤਾ ਸੀ ਕਿ ਜਦੋਂ ਸਾਡੀ ਨਿੱਕੀ ਮੋਟੀ ਅਣਵਣ ਹੋਊਗੀ ਨਾ ਤਾਂ ਫਿਰ ਦੂਸਰੇ ਬੰਦੇ ਨੇ ਨਾ ਉਹਨੂੰ ਪੁੱਲ ਦੇਣਾ ਤੇ ਫਿਰ ਅਸੀਂ ਨਾ ਬਾਹਰ ਜ਼ਰੂਰ ਨਿਕਲ ਜਾਣਾ ਤੇ ਫਿਰ ਅਸੀਂ ਕਿਸੇ ਇੱਕ ਖਾਸ ਥਾਂ ਤੇ ਉਦੋਂ ਤਾਂ ਮੋਬਾਈਲ ਫੋਨ ਨਹੀਂ ਸਨ ਵੀ ਅਸੀਂ ਇੱਕ ਥਾਂ ਮਿੱਥ ਲੈਣੀ ਵੀ ਉੱਥੇ ਜਾ ਕੇ ਤੇ ਆਪਾਂ ਫਿਰ ਕਾਫੀ ਪੀਣੀ ਹੈ ਤੇ ਉੱਥੇ ਆਪਾਂ ਗੱਲ ਦਾ ਭੋਗ ਬਾ ਦੇਣਾ ਪਿਛਲਾ ਖਤਮ ਹੋਇਆ ਤੇ ਹੁਣ ਜਦੋਂ ਦੇਖੋ ਨਾ ਕਈ ਵਾਰ ਹਫਤਾ ਲੰਘ ਜਾਂਦਾ ਵੀ ਹੋਈ ਨਹੀਂ ਲੜਾਈ ਚਾ ਪੀਣੀ ਗੁਲਾਬ ਹੀ ਨਹੀਂ ਮਿਲਿਆ ਇਹ ਥੋੜੀ ਜਿਹੀ ਲੰਬੀ ਦੀ ਹੈ ਕਦੇ ਉਹ ਤੇ ਕਦੇ ਮੈਂ ਕੁਝ ਲੱਭ ਲੀਦਾ ਫਿਰ ਮੈਸੇਜ ਪਾ ਦਿੰਦਾ ਵੇਟਿੰਗ ਫॉर ਟੀ ਯਾ ਵੇਟਿੰਗ ਫॉर ਕਾਫੀ ਆਲੋ ਸੋ ਇਹ ਜ਼ਿੰਦਗੀ ਦੇ ਵੱਖ ਰੰਗ ਨੇ ਜੀ ਕਿਉਂਕਿ ਲੜਾਈ ਨੂੰ ਅਗਾਹ ਤੋੜਨਾ ਬਹੁਤ ਸੌਖਾ ਹੈ ਦਮਨ 1 ਮਿੰਟ ਲੱਗਦਾ ਤੁਸੀਂ ਲਓ ਜੀ ਮੈਂ ਤਾਂ ਚੱਲੀ ਮੈਂ ਵਾਪਸ ਮੈਂ ਵਾਪਸ ਫੋਨ ਕਰਾਂ ਜਾਂ ਉਹ ਗੱਲ ਨੂੰ ਵਧਾਣਾ ਤਾਂ ਬਹੁਤ ਹੀ ਸੌਖਾ ਹੁੰਦਾ ਜੀ ਪਰ ਜਦੋਂ ਤੁਸੀਂ ਇਹ ਨਿੱਕੀਆਂ ਨਿੱਕੀਆਂ ਗੱਲਾਂ 'ਚ ਉਹਨੂੰ ਮਿਠਾਸ ਨਾਲ ਭਰ ਲਓ ਨਾ ਫਿਰ ਉਹ ਤੁਹਾਡੀਆਂ ਯਾਦਾਂ ਬਣਦੀਆਂ ਕਿਉਂਕਿ ਹੁੰਦਾ ਹੈ ਜੀ ਕਿ ਪਤਾ ਨਹੀਂ ਉਸ ਵਾਇਗਰੂ ਨੇ ਕਿੰਨੇ ਸਵਾਸ ਬਖਸ਼ੇ ਨੇ ਕੋਈ ਕਿੰਨੀ ਦੇਰ ਸਾਥ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਹੈ ਤਾਂ ਉਸ ਪਰਮਾਤਮਾ ਦੇ ਹੱਥ ਹੈ ਪਰ ਜਦੋਂ ਸਾਡੇ ਚੋਂ ਅਸੀਂ ਇਹ ਕੋਸ਼ਿਸ਼ ਕਰਦੇ ਆਂ ਸਾਡੇ ਚੋਂ ਕਦੇ ਕੋਈ ਇਕ ਰਹਿ ਗਿਆ ਤਾਂ ਉਹਦੇ ਕੋਲ ਮਿੱਠੀਆਂ ਯਾਦਾਂ ਹੋਣ ਨਾ ਕਿ ਮਾੜੀਆਂ ਯਾਦਾਂ ਸੋ ਉਹ ਅਸੀਂ ਕੋਸ਼ਿਸ਼ ਕਰ ਰਹੇ ਆਂ ਜੀ ਮੈਂ ਬਾਕੀ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈਗੀ ਹੈ ਕਿ ਜਿੱਥੇ ਦੋ ਪਾਂਡੇ ਹੁੰਦੇ ਉਹ ਖੜਕਦੇ ਜ਼ਰੂਰ ਹੈਗੇ ਪਰ ਉਹ ਖੜਕਾ ਜਿਹੜਾ ਹੈਗਾ ਆ ਸਿਆਣੇ ਕਹਿੰਦੇ ਆ ਕਿ ਆਪਣੇ ਤੱਕ ਹੀ ਹੋਵੇ ਤਾਂ ਚੰਗਾ ਲੱਗਦਾ ਜੇ ਬਾਹਰ ਚਲਾ ਜਾਵੇ ਤਾਂ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਆ ਪਰ ਜਦੋਂ ਅਸੀਂ ਇਹ ਜੋ ਕੇ ਸਮੇਂ 'ਚ ਦੇਖਦੇ ਆਂ ਨਾ ਕਿਤੇ ਨਾ ਕਿਤੇ ਲੋਕ ਇਹ ਚਾਹੁੰਦੇ ਆ ਕਿ ਉਹਨਾਂ ਦਾ ਖੜਕਾ ਜਿਹੜਾ ਆ ਬਾਹਰ ਚਲਾ ਜਾਵੇ ਜੀ ਲੋਕਾਂ ਦੀ ਮਾਨਸਿਕਤਾ ਕਿਉਂ ਬਣਦੀ ਜਾ ਦਰਸਲ ਅਸੀਂ ਰਿਸ਼ਤੇ ਨਿੱਗੇ ਨਹੀਂ ਬਣਾ ਰਹੇ ਸਿੰਪਲ ਜੀ ਇਹ ਗੱਲ ਹੈ ਕਿਉਂਕਿ ਜੇ ਰਿਸ਼ਤਾ ਨਿੱਗਾ ਹੋਏ ਨਾ ਫਿਰ ਤੁਸੀਂ ਆਪਣੇ ਨੂੰ ਬੋਚ ਕੇ ਰੱਖਦੇ ਹੋ ਬਚਾ ਕੇ ਰੱਖਦੇ ਹੋ ਕਿ ਇਹਨੂੰ ਮੈਂ ਪਾਲਣਾ ਹੈ ਇਹਨੂੰ ਮੈਂ ਸਿੰਜਣਾ ਉਹ ਵੱਖਰਾ ਇੱਕ ਕਿਸਮ ਹੁੰਦਾ ਅਸੀਂ ਖੋਖਲੇ ਰਿਸ਼ਤੇ ਬਣਾ ਰਹੇ ਹਾਂ ਜਿਹਦੇ ਵਿੱਚ ਅਸੀਂ ਤੁਸੀਂ ਵੇਖੋ ਨਾ ਕਿ ਮੋਬਾਈਲਾਂ ਤੇ ਅਫਸੋਸ ਦੇ ਜਾਂ ਅਸੀਂ ਆਦਤ ਹੈ ਰਿਪ ਲਿਖ ਦਿੰਨੇ ਆ ਜੀ ਕਿਸੇ ਦੀ ਮੌਤ ਹੋਈ ਤੇ ਜਦੋਂ ਅਸਲ ਵਿੱਚ ਮੈਂ ਆਪ ਇਹ ਦੇਖਿਆ ਹੁਣੀ ਅਜੇ ਨਾਮ ਨਹੀਂ ਲੈਂਦੀ ਕਿਹਨਾਂ ਦਾ ਸਾਡੇ ਇੱਕ ਡਾਕਟਰ ਸਾਹਿਬਾਨ ਸਨ ਸੀਨੀਅਰ ਜਿਨ੍ਹਾਂ ਦੀ ਹੁਣ ਹੋਈ ਮੌਤ ਮੈਂ ਤੇ ਗੁਰਪਾਲ ਅਸੀਂ ਇਕੱਠੇ ਜਦੋਂ ਗਏ ਉੱਥੇ ਤੇ ਉਹ ਮੈਸੇਜਿੰਗ ਵਿੱਚ ਤਾਂ ਭਰਿਆ ਪਿਆ ਸੀ ਅਨੇਕ ਡਾਕਟਰਾਂ ਨੇ ਵੀ ਜਿਹੜੇ ਗੈਰ ਡਾਕਟਰ ਸਨ ਉਹਨਾਂ ਨੇ ਵੀ ਜਦੋਂ ਅਸੀਂ ਉੱਥੇ ਗਏ ਅਸੀਂ ਸਿਰਫ 6 ਜਣੇ ਸਾਂ ਏ ਨੇ ਸਾਡੇ ਰਿਸ਼ਤੇ ਜੋ ਖੋਖਲੇ ਹੋ ਚੁੱਕੇ ਵੀ ਅਸੀਂ ਅਸੀਂ ਜੀ ਮਿਸਾਲ ਵਜੋਂ ਕਿ ਕਿਸੇ ਨੇ ਕੋਈ ਦੋਸਤ ਬਣਾਇਆ ਤਾਂ ਉਹ ਸਭ ਤੋਂ ਵੱਧ ਉਜਾਗਰ ਉਹਦੇ ਨਾਲ ਸ਼ਾਇਦ ਘਟ ਗੱਲ ਹੋਏਗੀ ਫੇਸਬੁਕਾਂ ਤੇ ਜਾਂ ਟਵਿੱਟਰਾਂ ਤੇ ਉੱਥੇ ਅਸੀਂ ਆਹ ਬਣਾ ਲਈ ਜੀ ਦੋਸਤੀ ਸਾਡੀ ਆ ਹੋ ਗਈ ਜੀ ਇੱਥੇ ਗਏ ਜੀ ਆਹ ਕੀਤਾ ਜੀ ਯਾਨੀ ਜੋ ਤੁਸੀਂ ਦੂਸਰੇ ਦੇ ਮਨ ਅੰਦਰ ਉਹ ਗੁਦਗੁਦੀ ਪੈਦਾ ਕਰਨੀ ਸੀ ਜਾਂ ਜੋ ਰਿਲੇਸ਼ਨ ਮਿੱਠਾ ਕਰਨਾ ਸੀ ਉਹ ਨਹੀਂ ਕਰ ਰਹੇ ਅਸੀਂ ਉਹ ਪਰਿਸਤਤਾ ਤਾਂ ਜਿਹੜਾ ਕਹਦੋ ਨਾ ਉਹਦੇ ਤੇ ਹੀ ਅਸੀਂ ਰਿਸ਼ਤੇ ਬਣਾ ਰਹੇ ਆ ਤਾਂ ਹੀ ਸਾਡੇ ਟਿੜਕਦੇ ਸੌਖੇ ਨੇ ਜਦੋਂ ਜੜਾਂ ਮਜ਼ਬੂਤ ਹੋਣਾ ਉਹ ਛੇਤੀ ਨਹੀਂ ਟਿੜਕਦੀਆਂ ਸੋ ਜੜਾਂ ਨੂੰ ਕਿਸੇ ਹੋਰ ਨੇ ਨਹੀਂ ਕਰਨਾ ਹੁੰਦਾ ਕਿ ਉਹ ਜੜਾਂ ਸਿੰਜਣੀਆਂ ਅਸੀਂ ਆਪ ਹੀ ਹੁੰਦੀਆਂ ਮੁਹੱਬਤ ਦੇ ਨਾਲ ਸਿੰਜਣੀਆਂ ਪੈਂਦੀਆਂ ਜੇ ਸੋ ਜੇ ਅਸੀਂ ਉਹਨੂੰ ਥੋੜੀ ਜੀ ਚੀਜ਼ ਇਗਨੋਰ ਕਰ ਦਈਏ ਦੇਖੋ ਨਾ ਤਾਂ ਮੰਜੇ ਤੁਹਾਨੂੰ ਤੁਸੀਂ ਮੈਂ ਅੱਜ ਤੁਹਾਨੂੰ ਦੇ ਦੇਵਾਂ ਨਾ ਕਾਗਜ਼ ਕਿ ਮੇਰੇ ਔਗਣ ਗਣ ਲੈ ਮੈਨੂੰ ਲੱਗਦਾ ਕਿਤਾਬ ਲਿਖ ਦੋਗੇ ਇੰਨੇ ਮੇਰੇ ਚੌਗਣ ਮੈਂ ਆਪਣੇ ਆਪ ਚ ਪੋਜ਼ਿਟਿਵ ਕੋਈ ਘਾਟ ਹੀ ਚੀਜ਼ ਲੱਭਦੀ ਆ ਮੈਂ ਤਾਂ ਅੰਦਰ ਜਦੋਂ ਕਦੇ ਵੀ ਸ਼ਾਂਤ ਹੋ ਕੇ ਬੈਠਾਂ ਲੱਗਦਾ ਵੀ ਬਹੁਤ ਜ਼ਿਆਦਾ ਖਾਮੀਆਂ ਨੇ ਅਜੇ ਬਹੁਤ ਕੁਝ ਕਰਨ ਵਾਲਾ ਆਪਣੇ ਆਪ ਨੂੰ ਠੀਕ ਕਰਨ ਚ ਤੇ ਫਿਰ ਮੈਂ ਦੂਜੇ ਤੇ ਉਂਗਲ ਚੁੱਕਣ ਲੱਗਾਂ 50 ਵਰ੍ਹੇ ਸੋਚਦੀ ਆ ਕਿ ਇਹਦੇ ਤੇ ਉਂਗਲ ਚੁੱਕੀ ਆ ਤਾਂ ਮੇਰੇ ਅੰਦਰ ਵੀ ਨੇ ਸੋ ਇਸੇ ਤਰ੍ਹਾਂ ਹੀ ਹੋ ਸਕਦਾ ਓਦੇ ਅੰਦਰ ਕੋਈ ਚੰਗਿਆਈ ਹੋਵੇ ਤਾਂ ਜੇ ਉਸ ਚੰਗਿਆਈ ਦਾ ਥੋੜਾ ਵੱਡਾਪਨ ਕਰ ਦਈਏ ਕਿ ਆਹ ਚੀਜ਼ ਤੇ ਇਹਦੇ ਚ ਕਮਾਲ ਦੀ ਜੇ ਤਾਂ ਤੁਸੀਂ ਦੇਖੋਗੇ ਬਹੁਤ ਸਾਰੇ ਲੋਕ ਸੁਧਰ ਜਾਂਦੇ ਨੇ ਉਸ ਤਰ੍ਹਾਂ ਦੋਸਤੀਆਂ ਜਿਵੇਂ ਹੁਣ ਮੈਨੂੰ ਇਹ ਵੀ ਪਾਪਾ ਜੀ ਦੀ ਗੱਲ ਹੀ ਤੁਹਾਨੂੰ ਸਾਂਝੀ ਕਰਦੀ ਆ ਕਹਿਣ ਲੱਗੇ ਖਦੇ ਅਜ਼ਮਾ ਕੇ ਦੇਖੀ ਵੀ ਕੁਛ ਕੁਬੋਲ ਬੋਲ ਕੇ ਦੇਖ ਕੇ ਸਾਨੂੰ ਕਿਵੇਂ ਰਿਐਕਟ ਕਰਦਾ ਤੇ ਫਿਰ ਉਹਨੂੰ ਕੁਝ ਚੰਗੀ ਗੱਲ ਕਰਕੇ ਦੇਖੋ ਵੀ ਤੁਹਾਡੇ ਨਾਲ ਬੈਠਣਾ ਚੰਗਾ ਲੱਗੇ ਯਾਨੀ ਝੂਠੀ ਵੀ ਸਿਫਤ ਨਾ ਕਰੋ ਕੇ ਬਾਜੀ ਬਾਤ ਤੁਸੀਂ ਦਿਲ ਚ ਕਹਿੰਦੇ ਹੋ ਉਹ ਹੋਏ ਤਾਂ ਦੂਜੀ ਵਾਰ ਦੇਖਿਆ ਵੀ ਨਹੀਂ ਜਾ ਸਕਦਾ ਉੱਤੋਂ ਕੋ ਕਿੱਡੇ ਖੂਬਸੂਰਤ ਹੋ ਉਹ ਤੁਸੀਂ ਉਸ ਢੰਗ ਨਾਲ ਕਹਿ ਹੀ ਨਹੀਂ ਸਕਦੇ ਤੁਹਾਡੇ ਉਹ ਹਾਵ ਭਾਵ ਵੀ ਨਹੀਂ ਹੋ ਸਕਦੇ ਸੋ ਉਹਦੀ ਕੋਈ ਚੰਗਿਆਈ ਲੱਭ ਕੇ ਜਦੋਂ ਉਹਦੀ ਤਾਰੀਫ ਕਰਦੇ ਹੋਗੇ ਵੀ ਤੁਹਾਡੇ ਬੋਲ ਬਚਨ ਜਾਂ ਤੁਹਾਡੀ ਬਾਣੀ ਜਾਂ ਤੁਹਾਡੇ ਨਾਲ ਬੈਠ ਕੇ ਤੁਹਾਡੀ ਸ਼ਬਦਾਵਲੀ ਵੀ ਬੜੀ ਨਿੱਗੀ ਜੀ ਜਾਪੀ ਬੜਾ ਅੱਛਾ ਲੱਗਿਆ ਤੁਸੀਂ ਇਹੋ ਜੀ ਜਦੋਂ ਤੁਸੀਂ ਉਹ ਟਿਊਨ ਜਿਵੇਂ ਛੇੜ ਜਾਂਦੇ ਹੋ ਉਹਦੇ ਨਾਲ ਤੁਹਾਡੀ ਇੱਕ ਵੱਖ ਕਿਸਮ ਦੀ ਦੂਸਰੇ ਦੇ ਮਨ ਤੇ ਛਾਪ ਪੈ ਜਾਂਦੀ ਹੈ ਜੋ ਉਹ ਤਰੰਗ ਹਮੇਸ਼ਾ ਲਈ ਉਹਦੇ ਰਹਿ ਜਾਂਦੀ ਹੈ ਤੇ ਉਹਦੇ ਮਨ ਵਿੱਚ ਤੁਹਾਡੇ ਲਈ ਇੱਕ ਪੋਜ਼ਿਟਿਵ ਇਮੇਜ ਬਣੇਗੀ ਤੁਹਾਡੇ ਲਈ ਉਹ ਦੁਆ ਦੇਗਾ ਸੋ ਇਸ ਤਰ੍ਹਾਂ ਦੀਆਂ ਜਦੋਂ ਦੋਸਤੀਆਂ ਗੰਢੋ ਕਿ ਤੁਹਾਡੀ ਉਹ ਲੋਕ ਦੁਆ ਕਰਨ ਲੱਗ ਜਾਣ ਕਿ ਜਿਉਂਦੇ ਵਸਦੇ ਰਹੋ ਦਾ ਮਤਲਬ ਹੈ ਕਿ ਉਸ ਤੋਂ ਨਿੱਗੀ ਚੀਜ਼ ਕੋਈ ਹੋ ਹੀ ਨਹੀਂ ਸਕਦੀ ਉਹੀ ਜੀ ਦੋਸਤੀ ਗੰਢਣ ਲਈ ਤੁਹਾਨੂੰ ਆਪਣੇ ਅੰਦਰ ਬਹੁਤ ਕੁਝ ਦੱਬਣਾ ਪੈਂਦਾ ਜਿਵੇਂ ਮੈਂ ਤੇਰਾ ਇਹ ਔਗਣ ਤਾਂ ਦੇਖ ਲਿਆ ਪਰ ਜੇ ਤੁਸੀਂ ਔਗਣ ਬੋਲੋਗੇ ਯਾਨੀ ਮੈਂ ਹੁਣ ਤੁਹਾਨੂੰ ਕੋਈ ਅਪਸ਼ਬਦ ਬੋਲਾਂ ਤੁਸੀਂ ਕਦੇ ਵੀ ਨਹੀਂ ਚਾਹੋਗੇ ਮੈਂ ਤੁਹਾਡੇ ਕੋਲ ਆਵਾਂ ਤੇ ਜੇ ਮੈਂ ਝੂਠੀ ਤਾਰੀਫ ਕਰ ਰਹੀ ਹੋਊਂਗੀ ਉਹ ਫੜੀ ਜਾਂਦੀ ਹੈ ਬਹੁਤ ਛੇਤੀ ਫੜੀ ਜਾਂਦੀ ਹੈ ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਦੂਸਰੇ ਦੀ ਚੰਗਿਆਈ ਲੱਭ ਕੇ ਜੇ ਉਹਦੀ ਤਾਰੀਫ ਕਰ ਸਕੋਗੇ ਤਾਂ ਫਿਰ ਉਹ ਸਦੀਵੀ ਦੋਸਤੀਆਂ ਹੁੰਦੀਆਂ ਨੇ ਉਪਰ ਹੀ ਨਹੀਂ ਰਹਿੰਦੀਆਂ ਪਰ ਅੱਜ ਕੱਲ ਅਸੀਂ ਇਹੋ ਕਰਦੇ ਹਾਂ ਕਿ ਉਹ ਐਡੇ ਸੋਹਣੇ ਵਾ ਦੀ ਬਾਤ ਚਲੋ ਜੀ ਆਓ ਜੀ ਕੈਜੂਅਲ ਸੋ ਇੱਕ ਕੈਜੂਅਲ ਰਿਲੇਸ਼ਨਸ਼ਿਪ ਐ ਜਿਸ ਕਾਰਨ ਕਿ ਅਸੀਂ ਵਕਤ ਹੀ ਖਿੱਚ ਤਾਂ ਦਿਖਾ ਲੰਨੇ ਆ ਵੀ ਇਹ ਖੂਬਸੂਰਤ ਆ ਜਾਂ ਨਾ ਕੋਲ ਪੈਸੇ ਵਾਲੇ ਨੇ ਕਾਰ ਵੱਡੀ ਐ ਪਰ ਉਹ ਰਿਸ਼ਤਾ ਨਹੀਂ ਜਿੱਥੇ ਤੁਹਾਡਾ ਮਨ ਦੇ ਅੰਦਰ ਲੀਆਂ ਤਰੰਗਾਂ ਜੁੜ ਰਹੀਆਂ ਹੁਣ ਉਹ ਰਿਸ਼ਤਾ ਜਿੱਥੇ ਤੁਹਾਨੂੰ ਕੋਲ ਬੈਠਿਆਂ ਜਿਸ ਪਾਸ ਬੈਠਿਆਂ ਸੋਹੀ ਐ ਸਭ ਨਾਕਾ ਵਿਸਾਉ ਤੁਹਾਨੂੰ ਪਤਾ ਹੀ ਨਾ ਲੱਗੇ ਵਕਤ ਕਿਦੋਂ ਲੱਗ ਗਿਆ ਰਿਸ਼ਤਾ ਉਹੀ ਜੇ ਇਹੋ ਮੈਨੂੰ ਪਾਪਾ ਜੀ ਦੱਸਦੇ ਹੁੰਦੇ ਸਨ ਇਹੋ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸਨ ਪ੍ਰੈਸਟਰ ਸਾਹਿਬ ਸਿੰਘ ਕਿ ਜਿੱਥੇ ਬਹਿ ਕੇ ਸਮਾਂ ਹੀ ਭੁੱਲ ਜਾਓ ਉਹ ਜੇ ਅਸਲ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਯਾਨੀ ਤੁਸੀਂ ਪਾਵੇਂ ਮੰਦਰ ਛੋ ਉਹ ਗੁਰਦੁਆਰੇ ਛੋ ਉਹ ਤੁਸੀਂ ਚਰਚ ਛੋ ਤੁਸੀਂ ਯਾਨੀ ਮਸਜਿਦ ਛੋ ਜਿੱਥੇ ਮਰਜ਼ੀ ਹੋ ਜਾਂ ਤੁਸੀਂ ਕਿਸੇ ਇਹੋ ਜੇ ਪਿਆਰੇ ਕੋਲ ਹੋ ਜਿੱਥੇ ਤੁਸੀਂ ਸੁਣਦੇ ਹੋ ਉਹਨੂੰ ਉਹਨੂੰ ਮਹਿਸੂਸ ਕਰਦੇ ਹੋ ਫਿਰ ਉਹਨੂੰ ਪਾ ਲੈਣ ਦੀ ਜਾਂ ਖੋ ਲੈਣ ਦੀ ਚਾਹ ਨਹੀਂ ਹੁੰਦੀ ਤੁਸੀਂ ਸਰਫੋਤੇ ਬੈਠੇ ਹੋ ਆਪਣਾ ਆਪ ਸਮਰਪਣ ਕਰ ਦਿੰਦੇ ਹੋ ਵੀ ਮੈਂ ਸਮਰਪਤ ਹੋ ਗਿਆ ਕਿ ਉਹ ਸ਼ਬਦ ਸੁਣਿਆ ਉਹ ਕੀਰਤਨ ਸੁਣਿਆ ਉਹ ਭਜਨ ਸੁਣਿਆ ਤੇ ਮੈਂ ਬਸ ਸਮਰਪਤ ਹੋ ਗਿਆ ਉਹ ਚੀਜ਼ ਜੇ ਜਿੱਤੇ ਤੁਹਾਨੂੰ ਅਸਲ ਉਹ ਰਿਸ਼ਤਾ ਹੋ ਜਾਂਦਾ ਇੰਜ ਹੀ ਹੁੰਦਾ ਜੇ ਇਨਸਾਨੀ ਰਿਸ਼ਤੇ ਚ ਕਿ ਤੁਸੀਂ ਕਿਸੇ ਪ੍ਰਤੀ ਉਹਨੂੰ ਖੋਹ ਲੈਣ ਦੀ ਥਾਂ ਤੇ ਸਮਰਪਤ ਹੋ ਜਾਓ ਬਸ ਇਹੀ ਰਿਸ਼ਤਾ ਜੇ ਇੰਨਾ ਕੀ ਹੈ ਜ਼ਿੰਦਗੀ ਇਹ ਹੋਇਆ ਮੈਂ ਬਹੁਤ ਖੂਬਸੂਰਤ ਸੀ ਗੱਲ ਕਹੀ ਹੈਗੀ ਵਾਕੀ ਜਿਹੜੇ ਅੱਜ ਦੇ ਜਿਹੜੇ ਰਿਸ਼ਤੇ ਹਨ ਉਹ ਵਕਤ ਹੀ ਹੋ ਗਏ ਆ ਸਾਡੀ ਜਿਹੜੀ ਥੋੜੇ ਕੁ ਚੇਰ ਨਾਲ ਕਿਸੇ ਨਾਲ ਨਿਭਦੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਟਿੱੜਕ ਜਾਂਦੀ ਹੈਗੀ ਆ ਪਹਿਲੇ ਸਮੇਂ 'ਚ ਦੇਖੀ ਤਾਂ ਲੰਬੇ ਸਮੇਂ ਤੱਕ ਰਿਸ਼ਤੇ ਜਿਹੜੇ ਚੱਲਦੇ ਸੀਗੇ ਜਿਕਰ ਮੈਂ ਆਪਾਂ ਵਿਆਹ ਦੀ ਗੱਲ ਕਰੀਏ ਪਹਿਲੇ ਸਮੇਂ ਦੇ ਵਿੱਚ ਜਦੋਂ ਵਿਆਹ ਹੁੰਦਾ ਸੀਗਾ ਸਿਰਾ ਪੜਿਆ ਜਾਂਦਾ ਸੀ ਤੇ ਕੁੜੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਕਿਤੇ ਨਾ ਕਿਤੇ ਮਾਪੇ ਜਿਹੜੇ ਆਪਣੀ ਧੀ ਨੂੰ ਬਹੁਤ ਸੋਹਰੀਆਂ ਸਿੱਖਿਆਵਾਂ ਦੇ ਕੇ ਤੋੜਦੇ ਸੀਗੇ ਕੀ ਇਹਨਾਂ ਸਿੱਖਿਆਵਾਂ ਦੀ ਘਾਟ ਤੇ ਮਾਪਿਆਂ ਦੇ ਕਾਰਨ ਕਿਤੇ ਨਾ ਕਿ ਦਰਅਸਲ ਜਿਵੇਂ ਜਿਵੇਂ ਤਬਦੀਲ ਹੁੰਦਾ ਜੇ ਸਮਾਂ ਮੈਨੂੰ ਲੱਗਦਾ ਜੇ ਕਿ ਐਸ ਵੇਲੇ ਬਹੁਤ ਜ਼ਿਆਦਾ ਸਿੱਖਿਆ ਸਾਨੂੰ ਬੇਟਿਆਂ ਨੂੰ ਦੇਣੀ ਪੈਂਦੀ ਹੈ ਉਹ ਅਸੀਂ ਇਗਨੋਰ ਕੀਤਾ ਹੋਇਆ ਪਾਸਾ ਕਿ ਅਸੀਂ ਸਾਰਾ ਦਾ ਸਾਰਾ ਕੁਝ ਇੱਕ ਘੇਰਾਬੰਦੀ ਕਰਕੇ ਸਾਰਾ ਕੁਝ ਔਰਤ ਨੂੰ ਸਮਰਪਿਤ ਕਰ ਦਿੱਤਾ ਕਿ ਇਹ ਬੇਟੀ ਨੇ ਜ਼ਿੰਦਗੀ ਪਰ ਇੱਥੇ ਰਹਿਣਾ, ਇਹ ਦੂਜੇ ਪ੍ਰਾਇ ਮਰਦਵਾਲ ਨਹੀਂ ਜਾਏਗੀ, ਇਹ ਫਲਾਣੇ ਤਰੀਕੇ ਆਪਣੇ ਸਹੁਰਿਆਂ ਦੀ ਸੇਵਾ ਕਰੂਗੀ, ਇਹ ਇਦਾਂ ਉਹਦੀ ਰੋਟੀ ਬਣਾਉਗੀ, ਇਦਾਂ ਕੱਪੜੇ ਦਊਗੀ, ਯਾਨੀ ਅਸੀਂ ਇੱਕ ਲਿਸਟ ਤਿਆਰ ਕਰ ਦਿੱਤੀ ਜੋ ਸਿਰਫ ਔਰਤ ਤੱਕ ਸਮਰਪਿਤ ਹੈ। ਕਦੇ ਨਹੀਂ ਇਹ ਕਿਹਾ ਕਿ ਪੁੱਤਰ ਜੀ ਹੁਣ ਆਪਣੀ ਜ਼ਿੰਦਗੀ ਨੂੰ ਟਾਲਣਾ ਤੁਸੀਂ ਤੇ ਉਹ ਕਿਉਂਕਿ ਹੋਰ ਘਰ ਚੋਂ ਇਸ ਘਰ ਨੂੰ ਵਸਾਉਣ ਆਈ ਹੈ, ਗਾਂ ਤੋਰਨ ਆਈ ਹੈ ਇਸ ਟੱਬਰ ਦੇ ਵਿੱਚ। ਸੋ ਪਰਲ ਉਹਦੀ ਹੋਣੀ ਚਾਹੀਦੀ ਹੈ ਕਿਹੜੀ ਮਾਂ ਹੈ ਜਿਹੜੀ ਜਾਂ ਕਿਹੜਾ ਪਿਓ ਹੈ ਜਾਂ ਮਤਲਬ ਮੈਂ ਸੱਸ ਸਹੁਰੇ ਵੱਲੋਂ ਦੀ ਗੱਲ ਕਰ ਰਹੀ ਹਾਂ ਜਿਹੜਾ ਇਹ ਜਿਗਰਾ ਕਰਕੇ ਆਪਣੇ ਪੁੱਤਰ ਨੂੰ ਕਹਿ ਸਕੇ ਕਿ ਕਾਕਾ ਅਸੀਂ ਸਕੈਂਡਰੀ ਆ ਹੁਣ ਉਹ ਪ੍ਰਾਇਮਰੀ ਐ ਇਹ ਨਹੀਂ ਕਹਿੰਦੇ ਅਸੀਂ ਸਿੱਖਿਆ ਦੇ ਨਹੀਂ ਰਹੇ ਸੋ ਉਹ ਇਸੇ ਕਾਰਨ ਰਿਸ਼ਤੇ ੜਕਦੇ ਨੇ ਕਿ ਅਸੀਂ ਇੱਕ ਤਰਫਾ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਆ ਕਿ ਦੂਜਾ ਪੱਖ ਅਸੀਂ ਉਹਨੂੰ ਬਿਲਕੁਲ ਖੁੱਲਾ ਛੱਡਿਆ ਕਿ ਤੁਸੀਂ ਜਾਓ ਹੋਰ ਰਿਸ਼ਤੇ ਰੱਖੋ ਤੁਸੀਂ ਰਾਤ ਨੂੰ ਲੇਟ ਆ ਸਕਦੇ ਹੋ ਤੁਹਾਡੇ ਤੇ ਕੋਈ ਰੋਕ ਟੋਕ ਨਹੀਂ ਪਰ ਉਹਦੀਆਂ ਸਦਰਾਂ ਉਸ ਬੇਟੀ ਦੀਆਂ ਉਹ ਲੋੜਾਂ ਕੀ ਹੋ ਸਕਦੀਆਂ ਨੇ ਉਹ ਇਗਨੋਰਡ ਨੇ ਮੈਂ ਸ਼ਾਇਦ ਬਹੁਤ ਤੁਹਾਨੂੰ ਲੱਗੇ ਕਿ ਅਗਾਹ ਵੱਧੂ ਗੱਲ ਕਰ ਰਹੀ ਐ ਜਾਂ ਅੱਜ ਦੇ ਸਮਾਜ ਇਹ ਜਰ ਨਹੀਂ ਸਕਦਾ ਪਰ ਇੱਕ ਡਾਕਟਰਾਂ ਇੱਕ ਮਾਂ ਤੇ ਇਹ ਰੋਜ਼ ਦੇ ਕੇਸ ਦੇਖਦੇ ਆ ਤਾਂ ਮੈਂ ਦੱਸ ਰਹੀ ਆ ਕਿ ਔਰਤ ਦੀਆਂ ਵੀ ਤਾਂ ਸਦਰਾਂ ਨੇ ਜ਼ਰੂਰੀ ਨਹੀਂ ਐ ਕਿ ਇੱਕ ਮਰਦ ਦੀਆਂ ਹੀ ਡਿਮਾਂਡਸ ਹੁੰਦੀਆਂ ਨੇ ਜੇ ਜਸਮਾਨੀ ਸਬੰਧਾਂ ਦੀ ਵੀ ਗੱਲ ਕਰੀਏ ਤਾਂ ਔਰਤ ਦੀਆਂ ਵੀ ਤਾਂਗਾਂ ਨੇ ਉਹਨੂੰ ਵੀ ਉਹੀ ਕੁਛ ਤੇ ਉਨਾ ਹੀ ਕੁਛ ਚਾਹੀਦਾ ਜਿੰਨਾ ਇੱਕ ਮਰਦ ਨੂੰ ਚਾਹੀਦਾ ਹੁੰਦਾ ਤਾਂ ਕਿਉਂ ਇਹ ਸਮਾਜ ਫਿਰ ਪਿੱਟਦਾ ਜੇ ਕਿ ਇੱਕ ਮਰਦ ਬਾਹਰ 10 ਆਪਣੀਆਂ ਗਰਲਫ੍ਰੈਂਡਸ ਰੱਖ ਸਕਦਾ ਜੇ ਪਰ ਔਰਤ ਘਰ ਤੋਂ ਬਾਹਰ ਵੀ ਇਕੱਲੀ ਜਾਣ ਨੂੰ ਅਸੀਂ ਇਜਾਜ਼ਤ ਨਹੀਂ ਦਿੰਦੇ ਤਾਂ ਫਿਰ ਇਹ ਕਸੂਰ ਕਿਸ ਦਾ ਜੇ ਅਸੀਂ ਔਰਤ ਅੱਜ ਵੀ ਮਤਲਬ ਅਸੀਂ ਚਾਹੁੰਦੇ ਆ ਕਿ ਅਸੀਂ ਤਾਂ 21ਵੀਂ ਸਦੀ 'ਚ ਪਹੁੰਚ ਗਏ ਪਰ ਔਰਤ ਉਹੀ 16ਵੀਂ ਸਦੀ ਵਾਲੀ ਉਸੇ ਤਰ੍ਹਾਂ ਹੀ ਤੁਰੀ ਜਾਵੇ ਸੰਭਵ ਨਹੀਂ ਹੈ ਇਹੀ ਕਾਰਨ ਜੇ ਤੁਸੀਂ ਦੇਖਦੇ ਹੋਗੇ ਕਿ ਉਹ ਸਾਡੀ ਸੋਚ ਉੱਥੇ ਨੀਵੀਂ ਹੈ ਕਿ ਅਸੀਂ ਔਰਤ ਨੂੰ ਅੱਜ ਗਾਂ ਵਧਦੇ ਦੇਖਦੇ ਆ ਤੇ ਅਸੀਂ ਉਂਗਲਾਂ ਚੁੱਕ ਕੇ ਉਹਦੇ ਤੇ ਉਹਨੂੰ ਸਗੋਂ ਹੋਰ ਬਲਗਣਾ ਚ ਕੋਸ਼ਿਸ਼ ਕਰਦੇ ਆਂ ਵੀ ਆ ਬਾਹਰ ਨਿਕਲੀ ਜੀ ਤੇ ਸਿਰ ਤੇ ਚੁੰਨੀ ਕਿਉਂ ਨਹੀਂ ਆ ਬਾਹਰ ਨਿਕਲੀ ਜੀ ਇਹਦੇ ਪਹਿਰਾਵਾ ਇਦਾਂ ਦਾ ਆ ਨਿਕਲੀ ਆ ਜੀ ਇਹ ਬੋਲ ਕੇ ਮੈਂ ਸਕਦੀ ਆ ਕਿਸੇ ਪ੍ਰਾਏ ਮਰਦ ਨਾਲ ਯਾਨੀ ਸਾਡੀ ਸੋਚ ਉੱਥੇ ਹੀ ਖੜੀ ਜੀ ਉਹ ਨਹੀਂ ਅਸੀਂ ਅਗਾਹ ਤੋਰਨ ਦਿੱਤੀ ਇਹੀ ਕਾਰਨ ਜੇ ਕਿ ਅੱਜ ਦੀ ਬੇਟੀ ਵੀ ਉਡਾਨ ਭਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਫਿਰ ਇਹ ਰਿਸ਼ਤੇ ਟਿਕ ਨਹੀਂ ਟਿਕਨੇ ਜੇ ਕਿਉਂਕਿ ਉਹ ਤੁਸੀਂ ਇੱਕ ਤਰਫਾ ਖੁੱਲ੍ਹ ਦੇਈ ਜਾ ਰਹੇ ਹੋ ਤੇ ਦੂਜੀ ਤਰਫਾ ਤੁਸੀਂ ਸੰਗਲ ਪਾਈ ਜਾ ਰਹੇ ਹੋ ਇਹਨਾਂ ਰਿਸ਼ਤੇ ਨਹੀਂ ਨਿਭਦੇ ਰਿਸ਼ਤਿਆਂ ਵਿੱਚ ਤੁਹਾਨੂੰ ਦੋਨਾਂ ਨੂੰ ਬਰਾਬਰ ਦੀ ਉਡਾਨ ਦੇਣੀ ਪੈਂਦੀ ਹੈ ਕਿ ਤੁਸੀਂ ਜਿਵੇਂ ਇੱਕ ਦੂਜੇ ਲਈਓ ਇੱਕ ਦੂਜੇ ਨੂੰ ਸਪੇਸ ਦਿਓ ਕਿ ਭਾਈ ਜੇ ਵਰਕਿੰਗ ਮੇਲ ਹੈ ਤਾਂ ਵਰਕਿੰਗ ਫੀਮੇਲ ਵੀ ਹੈ ਤੇ ਜੇ ਉਹ ਔਰਤ ਕਿਸੇ ਮਰਦ ਨਾਲ ਗੱਲ ਕਰ ਲੈਂਦੀ ਹੈ ਤਾਂ ਕਿਉਂ ਉਹ ਗੱਲ ਨਾਜਾਇਜ਼ ਬਣ ਗਈ ਕਿਉਂ ਨਹੀਂ ਉਹ ਗੱਲ ਕਰ ਸਕਦੀ ਕਿ ਉਸ ਔਰਤ ਆਪਣੇ ਨਾਲ ਦੇ ਜਿਹੜੇ ਹਮ ਪੇਸ਼ਾਵ ਨਾਲ ਗੱਲ ਕਰਨੀ ਹਮੇਸ਼ਾ ਹੀ ਕਿ ਨਜਾਇਜ਼ ਹੀ ਹੋਏਗੀ ਤਾਂ ਫਿਰ ਉਹ ਮਰਦ ਜੋ ਔਰਤਾਂ ਨਾਲ ਗੱਲ ਕਰ ਰਿਹਾ ਉਹਨੂੰ ਕੀ ਰਿਸ਼ਤੇ ਦਾ ਨਾਮ ਦੇਣਾ ਚਾਹੁੰਦੇ ਤੇ ਫਿਰ ਉਹ ਜਿਸ ਔਰਤ ਨਾਲ ਕਰ ਰਿਹਾ ਉਹ ਵੀ ਤਾਂ ਆਖਰ ਕਿਸੇ ਦੇ ਘਰ ਵਿਆਹ ਕੇ ਜਾਣੀ ਉਦੋਂ ਯਾਨੀ ਇਹ ਵਿਤਕਰਾ ਹੈ ਵੀ ਅਸੀਂ ਕਹਿੰਦੇ ਹਾਂ ਜੀ ਇੱਕ ਮਰਦ ਨੂੰ ਸੱਚ ਜਾਣਿਓ ਮੈਂ ਤੁਹਾਨੂੰ ਫੈਕਟਸ ਦੱਸ ਰਹੀ ਆ ਭਾਵੇਂ ਚੁੱਭਣ ਕੇ ਸਾਨੂੰ ਕਿ ਆਂਦੇ ਨੇ ਸਾਡੇ ਕੋਲ ਬੇਟੇ ਜਿਹੜੇ ਕਹਿੰਦੇ ਨੇ ਜੀ ਸ ਮੇਰੇ ਦੋਸਤਾਂ ਨੇ ਕਿਹਾ ਤੂੰ ਵਿਆਹ ਤੋਂ ਪਹਿਲਾਂ ਆਪ ਟ੍ਰਾਇਲ ਲੈ ਇਹ ਲਫ਼ਜ਼ ਨੇ ਇਹੀ ਵਰਤਦੇ ਨੇ ਕਿ ਤੁਸੀਂ ਫਲਾਣੀ ਔਰਤ ਨਾਲ ਜਾ ਕੇ ਟ੍ਰਾਇਲ ਲੈ ਕੇ ਆਓ ਹਮਦਸਤਰ ਹੋ ਤਾਂ ਹੀ ਤੁਸੀਂ ਆਪਣੀ ਪਤਨੀ ਨਾਲ ਬੈਠ ਸਕੋਗੇ ਤੇ ਦੂਜੇ ਪਾਸੇ ਉਹਦੇ ਤੇ ਸਟ੍ਰਿਕਟ ਹੁੰਦਾ ਜੇ ਜੇ ਲੇਡੀ ਡਾਇਨਾ ਤੱਕ ਨੂੰ ਇਹ ਕਿਹਾ ਸੀ ਵੀ ਦੇਖੋ ਜੀ ਵਰਜਨ ਹੈ ਕਿ ਨਹੀਂ ਕਿੰਨੇ ਕਸਿੱਦੋਗਲੇ ਹੋਵਾਂਗੇ ਵੀ ਆਪਣੇ ਬੇਟੇ ਨੂੰ ਕਹਿੰਨੇ ਆ ਤੂੰ ਕਿਸੇ ਹੋਰ ਦੀ ਧੀ ਖਰਾਬ ਕਰ ਪਰ ਜਦੋਂ ਅਸੀਂ ਦੂਜੇ ਪਾਸੇ ਕਹਿੰਨੇ ਆ ਜੀ ਇਹ ਧੀ ਸਾਡੀ ਬਿਲਕੁਲ ਸਾਨੂੰ ਠੀਕ ਠਾਕ ਮਿਲਣੀ ਚਾਹੀਦੀ ਇਹ ਕਿਉਂ ਅਸੀਂ ਇਹੋ ਜੀ ਚੀਜ਼ ਬਣਾ ਰਹੇ ਆ ਇਹਨਾਂ ਵਿੱਚ ਰਿਸ਼ਤੇ ਨਹੀਂ ਹੁੰਦੇ ਤਾਂ ਹੀ ਔਰਤਾਂ ਬਹੁਤ ਹੱਦ ਤੱਕ ਇਕੱਲੀਆਂ ਰਹਿਣੀਆਂ ਪਸੰਦ ਕਰਨ ਲੱਗ ਗਈਆਂ ਨੇ ਕਿ ਹਾਂ ਜੀ ਅਸੀਂ ਜੀ ਸਕਦੇ ਆ ਅਸੀਂ ਰਹਿ ਸਕਦੇ ਆ ਦੁਨੀਆ ਭਰ 'ਚ ਇਹ ਟ੍ਰੈਂਡ ਸ਼ੁਰੂ ਹੋਇਆ ਹੋਇਆ ਪਰ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕਿਸੇ ਦੀ ਗਰਸਤੀ ਤੋੜਾਂ ਮੇਰਾ ਮਕਸਦ ਸੀ ਸਿਰਫ ਉਹਨਾਂ ਨੂੰ ਅੰਦਰਲੀ ਝਾਤ ਮਰਵਾਉਣਾ ਕਿ ਭਈ ਜੇ ਤੁਸੀਂ ਇੱਕ ਪਾਸੇ ਤੇ ਸਾਰਾ ਕੇਂਦਰਿਤ ਹੋ ਜਾਓਗੇ ਕਿ ਸਾਰੀਆਂ ਹੱਦ ਬੰਨੇ ਇੱਕ ਔਰਤ ਤੇ ਹੀ ਰੱਖਣੀ ਐ ਤਾਂ ਉਹ ਰਿਸ਼ਤਾ ਨਿੱਗਾ ਨਹੀਂ ਹੋ ਸਕਦਾ ਉਸ ਬੇਟੀ ਤੇ ਕਦੇ ਤਾਂ ਵਿਸ਼ਵਾਸ ਕਰਕੇ ਉਹਨੂੰ ਵੀ ਉੱਚੀ ਉਡਾਨ ਭਰਨ ਦਿਓ ਤਾਂ ਦੇਖੋਗੇ ਉਹ ਦੋਨੋਂ ਫੁੱਲ ਨੂੰ ਵੀ ਜੇ ਤੁਸੀਂ ਬੰਦ ਗਲਾਸ ਚ ਰੱਖ ਦੋ ਨਾ ਵੀ ਹਵਾ ਵੀ ਨਹੀਂ ਦੇਣੀ ਸਾਹ ਵੀ ਉਹ ਲਵੇ ਉਹ ਮੁਰਝਾ ਜਾਂਦਾ ਜੀ ਤੋ ਰਿਸ਼ਤਿਆਂ ਨੂੰ ਤੁਹਾਨੂੰ ਇੰਜ ਹੀ ਦੇਣਾ ਪੈਂਦਾ ਜੇ ਥੋੜਾ ਜਿਹਾ ਸਪੇਸ ਦਿਓ ਆਪੋ ਆਪਣੀ ਹਰ ਇੱਕ ਨੇ ਜੋ ਪੜਿਆ ਉਸ ਅਨੁਸਾਰ ਉਹ ਆਪਣਾ ਅਗੋਂ ਕੈਰੀਅਰ ਚੁਣਨਾ ਚਾਵੇ ਕਿਉਂ ਨਾ ਚੁਣੇ ਜ਼ਰੂਰ ਚੁਣੇ ਤਾਂ ਇੰਨੀ ਕੁ ਖੁੱਲ ਦੇਣੀ ਜਦੋਂ ਸਾਨੂੰ ਸਮਝ ਆ ਜਾਏਗੀ ਉਦੋਂ ਰਿਸ਼ਤੇ ਇੰਨੇ ਟੜਕਣਗੇ ਨਹੀਂ ਜੀ ਮਮ ਸਾਡਾ ਸਮਾਜ ਜਿਹੜਾ ਹੈ ਕਿਤੇ ਨਾ ਕਿਤੇ ਔਰਤਾਂ ਦੇ ਬੰਦਸ਼ਾ ਕਿਉਂ ਲਗਾਉਂਦਾ ਹੈਗਾ ਤੇ ਮੁੰਡਿਆਂ ਨੂੰ ਜਿਹੜਾ ਖੁੱਲ ਕਿਉਂ ਦਿੱਤੀ ਜਾਂਦੀ ਹੈ ਇਸ ਦੇ ਪਿੱਛੇ ਕਾਰਨ ਕੀ ਹੈਗਾ ਹੈ ਜੀ ਬੇਸ਼ੱਕ ਅਸੀਂ ਜਿਹੜਾ ਪੜ ਲਿਖ ਗਏ ਹਾਂ 21ਵੀਂ ਸਦੀ ਦੇ ਵਿੱਚ ਅਸੀਂ ਜੀ ਰਹੇ ਹੈਗੇ ਆਂ ਜੇ ਚਾਨਤੇ ਦੁਨੀਆ ਵਸਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਫਿਰ ਵੀ ਕਿਤੇ ਨਾ ਕਿਤੇ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਪਰ ਕਈ ਥਾਵਾਂ ਦੇ ਉੱਤੇ ਅੱਜ ਵੀ ਔਰਤਾਂ ਤੇ ਬੰਦਸ਼ਾ ਕਿਉਂ ਲਾਈਆਂ ਜਾਂਦੀ ਹੈ ਜੀ ਸਿਰਫ ਡਰਤ ਤੇ ਭੈ ਕਿਉਂਕਿ ਦੇਖ ਚੁੱਕੇ ਨੇ ਕਿ ਔਰਤ ਜਦੋਂ ਨਿਕਲਦੀ ਜੇ ਭਾਵੇਂ ਉਹ ਫੌਜ ਵਿੱਚ ਹੋਵੇ ਤੋ ਉਸ ਤੋਂ ਲੈ ਕੇ ਭਾਵੇਂ ਉਹ ਬਿਜ਼ਨਸ ਟਾਈਕੂਨ ਹੋਵੇ ਭਾਵੇਂ ਮੀਡੀਆ 'ਚ ਨਜ਼ਰ ਮਾਰ ਲਓ ਕੋਈ ਸਾਇੰਟਿਸਟ ਹੈ ਡਾਕਟਰ ਹੈ ਇੰਜੀਨੀਅਰ ਹੈ ਈਵਨ ਹੈੱਡ ਆਫ ਦੀ ਡਿਪਾਰਟਮੈਂਟ ਯੂਨੀਵਰਸਿਟੀਜ਼ ਕਾਲਜੇਜ਼ ਵਿੱਚ ਦੇ ਹੈਵ ਐਕਸੈਲਡ ਉਹਨਾਂ ਨੇ ਸਿਖਰਾਂ ਚ ਹੋਈਆਂ ਤੁਸੀਂ ਸਪੋਰਟਸ ਚ ਦੇਖ ਲਓ ਕੀ ਹਾਲ ਹੈ ਯਾਨੀ ਹਰ ਥਾਂ ਤੇ ਉਹ ਅਗਾ ਵਦੂ ਸਾਬਤ ਹੋ ਚੁੱਕੀਆਂ ਉਹਨਾਂ ਨੇ ਦੱਸਤਾ ਕਿ ਅਸੀਂ ਉਹ ਸਭ ਕੁਝ ਕਰ ਸਕਦੀਆਂ ਜੋ ਇੱਕ ਮਰਦ ਕਰ ਸਕਦਾ ਹੁਣ ਇਹਨੂੰ ਪਚਾਉਣਾ ਸੌਖਾ ਨਹੀਂ ਹੁੰਦਾ ਮੈਂ ਨਹੀਂ ਕਿਹਾ ਕਿ ਲੋਕ ਨਹੀਂ ਕਰਦੇ ਬਹੁਤ ਸਾਰੇ ਪਿਓ ਨੇ ਜਿਹੜੇ ਫਖਰ ਕਰਦੇ ਨੇ ਕਿ ਸਾਡੀ ਧੀ ਇੰਨੀਆਂ ਉਚਾਈਆਂ ਛੂ ਸਕੀ ਮੈਂ ਖੜਾ ਉਹਦੇ ਨਾਲ ਚਟਾਨ ਬਣ ਕੇ ਇਸੇ ਤਰ੍ਹਾਂ ਪਤੀ ਵੀ ਨੇ ਬਥੇਰੇ ਜਿਹੜੀਆਂ ਆਪਣੀਆਂ ਔਰਤਾਂ ਨੂੰ ਅਗਾ ਵਦਨ ਲਈ ਹੱਲਾਸ਼ੇਰੀ ਦਿੰਦੇ ਨੇ ਕਿ ਚੱਲ ਬਈ ਤੂੰ ਬਿਜ਼ਨਸ ਦੀ ਤਕੜਾ ਸੰਭ ਲਿਆ ਮੈਂ ਘਰ ਸੰਭਦਾ ਪਰਵਾਹੀ ਨਹੀਂ ਚਲੋ ਵੀ ਚੇਂਜ ਦੀ ਰੋਲਸ ਜੋ ਕਿ ਹੁੰਦਾ ਜੇ ਅੱਜਕੱਲ ਤੁਸੀਂ ਪੱਛਮੀ ਦੁਨੀਆ 'ਚ ਕਿ ਹਾਂ ਚੇਂਜਿੰਗ ਰੋਲਸ ਸ਼ੁਰੂ ਹੋ ਚੁੱਕੇ ਇੱਥੋਂ ਤੱਕ ਕਿ ਤਬਦੀਲੀ ਹੁਣ ਜੋ ਅਸੀਂ ਵਿਜ਼ਿਬਲੀ ਦੇਖ ਰਹੇ ਹਾਂ ਕਿ ਪੰਜਾਬ ਅੰਦਰ ਵੀ ਪਹਿਲਾਂ ਤਾਂ ਅਸੀਂ ਗੱਲ ਕਰਦੇ ਸਾਂ ਬੈਂਗਲੌਰ 'ਚ ਹੈ ਜੀ ਤੁਸੀਂ ਮੁੰਬਈ 'ਚ ਹੈ ਜੀ ਉਹਨਾਂ ਥਾਵਾਂ ਤੇ ਜਾਂ ਦਿੱਲੀ ਹੁੰਦਾ ਲਿਵ ਇਨ ਰਿਲੇਸ਼ਨਸ਼ਿਪ ਪੰਜਾਬੀ ਕਰਨ ਲੱਗ ਗਏ ਨੇ ਜੋ ਕਿ ਫੈਕਟਸ ਐ ਇਹਦੇ ਵਿੱਚ ਮੈਂ ਲੁਕਾ ਕੀ ਰੱਖਣਾ ਜਿੱਥੇ ਹੁੱਕਾ ਪਾਰਸ ਕੁੜੀਆਂ ਸਪੈਸ਼ਲ ਜਾਂਦੀਆਂ ਨੇ ਨਾਲ ਜਾਂਦੀਆਂ ਨੇ ਯਾਨੀ ਇਹ ਸਾਰਾ ਕੁਝ ਇੰਨਾ ਕੁ ਕਾਮਨ ਐ ਜਿਹਨੂੰ ਅਸੀਂ ਐਵੇਂ ਪਤਲੀ ਜੀ ਚਿੱਲੀ ਜੀ ਉੱਤੇ ਰੱਖ ਕੇ ਸਿਰਫ ਇਹ ਕਹਿਣ ਨੂੰ ਨਾ ਜਿਨਾਏ ਹੁੰਦਾ ਨਹੀਂ ਵੀ ਜਿਵੇਂ ਕਬੂਤਰ ਰੱਖਾਂ ਮੀਟ ਲੈ ਪਰ ਸਭ ਕੁਝ ਸਾਹਮਣੇ ਪਿਆ ਸਭ ਦੇ ਜੋ ਹੋ ਰਿਹਾ ਐ ਇਹ ਤਬਦੀਲੀ ਤਾਂ ਹੋਈ ਕਿ ਅਸੀਂ ਜੋ ਨੇਚਰਲ ਕੋਰਸ ਸੀ ਕਿ ਇੱਕ ਔਰਤ ਤੇ ਇੱਕ ਮਰਦ ਦਾ ਮਿਲਣਾ ਜਿੱਥੇ ਅਸੀਂ ਉਹਨਾਂ ਨੂੰ ਇੱਕ ਸਾਂਝ ਗੰਡਣ ਦਾ ਇੱਕ ਨਵਾਂ ਰਿਸ਼ਤਾ ਪਨਪਨ ਦੀ ਥਾਂ ਦੇਣੀ ਨੂੰ ਛੱਡ ਕੇ ਅਸੀਂ ਇੱਕ ਡਾਇਰੈਕਟਰ ਵਾਂਗ ਉਹਨਾਂ ਤੇ ਬਹਿ ਗਏ ਤੂੰ ਆ ਕਰਨਾ ਤੂੰ ਆ ਕਰਨਾ ਨਤੀਜਾ ਤੁਹਾਡੇ ਸਾਹਮਣੇ ਆ ਕਿ ਇਹ ਟਿੜਕਦੇ ਟਿੜਕਦੇ ਇਹ ਸਾਲ ਤੱਕ ਆ ਗਏ ਰਿਸ਼ਤੇ ਕਿ ਹੁਣ ਤੂੰ ਆਪਣਾ ਵਕ ਕਰ ਮੈਂ ਆਪਣਾ ਵਕ ਕਰਦੀ ਆ ਮੇਰਾ ਆਫਿਸ ਵਕ ਤੇਰਾ ਵਕ ਇਸ ਸਾਰੇ ਕੁਝ ਦੇ ਵਿੱਚ ਜੀ ਇੰਨੀ ਤੜਕਨ ਹੋਈ ਕਿ ਇੱਕ ਔਰਤ ਤਿਆਰ ਹੋ ਗਈ ਜੀ ਮੈਂ ਤਾਂ ਔਰਤ ਨਾਲ ਹੀ ਰਹਿਣੀ ਆ ਤਫਾ ਕਰੋ ਸਾਰੇ ਸਮਾਜ ਨੂੰ ਤੇ ਫਿਰ ਉਹ ਦੂਜੇ ਪਾਸੇ ਇੱਕ ਮਰਦ ਮਰਦ ਨਾਲ ਰਹਿਣਾ ਸ਼ੁਰੂ ਹੋ ਗਿਆ ਫਿਰ ਇਸ ਤੋਂ ਇਲਾਵਾ ਵੀ ਬਿਆਨਤ ਹੋਰ ਤੁਸੀਂ ਦੇਖ ਰਹੇ ਹੋ ਕਿ ਜੋ ਹੁਣ ਜਿੰਨੀਆਂ ਵੀ ਚੇਂਜਸ ਆ ਗਈਆਂ ਨੇ ਕਿ ਇੱਥੋਂ ਤੱਕ ਕਿ ਜਾਨਵਰਾਂ ਨਾਲ ਰਿਲੇਸ਼ਨ ਰੱਖਣੇ ਜਾਂ ਉਹ ਸਾਰਾ ਕੁਝ ਜੋ ਤੁਸੀਂ ਇਸ ਵੇਲੇ ਸਮਾਜ ਵਿੱਚ ਦੇਖ ਰਹੇ ਹੋ ਇਹ ਨਤੀਜਾ ਇਸੇ ਦਾ ਹੀ ਸੀ ਕਿ ਅਸੀਂ ਅਸਲੀ ਰਿਸ਼ਤੇ ਨਿਭਾਉਣ ਦਿੱਤੇ ਹੀ ਨਹੀਂ ਉਹਨਾਂ ਨੂੰ ਕਿਵੇਂ سنجੀ ਦਾ ਇੱਕ ਦਿਨ ਸਮਝਾਇਆ ਹੀ ਨਹੀਂ ਸੋ ਉਹ ਖੋ ਜਿਹੜੀ ਖਿੱਚ ਹੈ ਕਿ ਮੁੰਡਾ ਸਾਡਾ ਨੂੰ ਬਾਹਰ ਲੀ ਹੈ ਦੂਜੇ ਪਾਸੇ ਉਹ ਯਾਨੀ ਇਹ ਟਿੜਕਣਾਈ ਸੀ ਇਹ ਅਸੀਂ ਨਿਭਣ ਨਹੀਂ ਦੇਦੇ ਜੀ ਮਮ ਜੇ ਇੱਕ ਪਾਸੇ ਖਿੱਚ ਹੋਏਗੀ ਦੂਜੇ ਨੇ ਜਿਹੜਾ ਕਿਤੇ ਨਾ ਕਿਤੇ ਫਿਰ ਇੱਕ ਹੱਦ ਹੁੰਦੀ ਹੈ ਉਸ ਤੋਂ ਬਾਅਦ ਉਹ ਟਿੜਕਦਾ ਹੀ ਹੈਗਾ ਆ ਬੇਟੀਆਂ ਵੀ ਕਈ ਵਾਰ ਵੱਧ ਕਰ ਜਾਂਦੀਆਂ ਨੇ ਬਹੁਤ ਸਾਰੀਆਂ ਤੇ ਫਿਰ ਉਹਨਾਂ ਦੇ ਮਾਪੇ ਜਦੋਂ ਇਸ ਤਰ੍ਹਾਂ ਦੀ ਡਾਇਰੈਕਟ ਇੰਟਰਫੀਰੈਂਸ ਕਰਨ ਕਿ ਹੁਣੇ ਆਣਿਆ ਹੁਣੇ ਲੈ ਕੇ ਜਾਣਿਆ ਉਹ ਤਾਂ ਬਿਲਕੁਲ ਹੀ ਕਿਸੇ ਪਾਸੇ ਜਾਇਜ਼ ਨਹੀਂ ਠਰਾਇਆ ਜਾ ਸਕਦਾ ਬਹੁਤ ਸਾਰੇ ਘਰ ਮੈਂ ਇੰਜ ਵੀ ਟੁੱਟਦੇ ਦੇਖੇ ਨੇ ਜਿੱਥੇ ਨਾ ਜੀ ਇਹ ਨਾ ਸੀ ਹੋਰ ਸਹੀ ਤਾ ਹੋਰ ਕਿਹੜਾ ਅਰਸ਼ੋਂ ਉਤਰਨਾ ਭਾਈ ਤੇ ਨਾ ਉਹ ਪੂਰਾ ਉਦਾਂ ਹੀ ਤਰਾਸ਼ਿਆ ਹੋਊਗਾ ਕਿ ਉਹਦਾ ਅਗਲੇ ਜਨਮ 'ਚ ਮਿਲੇਗਾ ਜਿੰਨੂੰ ਤੁਸੀਂ ਕਹੋਗੇ ਕਿ ਕੋਈ ਮੇਰਾ ਰੋਬਨ ਹੋ ਡਾਊਗਾ ਸੋ ਕਦੇ ਨਾ ਕਦੇ ਆਪਾਂ ਕੁਝ ਚੀਜ਼ਾਂ ਛੱਡਣੀਆਂ ਹੁੰਦੀਆਂ ਨੇ ਨਿਭਾਉਣ ਦੇ ਵਿੱਚ ਬਹੁਤ ਵੱਡਾ ਰੋਲ ਮੋਬਾਈਲ ਦਾ ਵੀ ਜੇ ਜਿੱਥੇ ਅਸੀਂ ਇਮੀਡੀਏਟਲੀ ਆਪਣਾ ਗੁੱਸਾ ਕੱਢ ਦਿੰਨੇ ਆ ਬਾਅਦ 'ਚ ਭਾਵੇਂ ਫਿਰ ਉਹਨੂੰ ਅਹਿਸਾਸ ਵੀ ਹੋਵੇ ਵੀ ਗਲਤ ਹੋ ਗਿਆ ਪਰ ਉਦੋਂ ਤੱਕ ਫਿਰ ਬਹੁਤ ਹਾਲਾਤ ਵਿਗੜ ਜਾਂਦੇ ਹਨ ਮੈਮ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਤੁਸੀਂ ਤੇ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਤੁਹਾਡੇ ਪਾਪਾ ਜੀ ਨੇ ਇਹ ਗੱਲ ਕਹੀ ਸੀਗੀ ਕਿ ਲੜਾਈ ਨੂੰ ਇੱਕ ਦਿਨ ਤੋਂ ਵੱਧ ਨਾ ਜਾਰੀ ਰੱਖਣਾ ਹਨਾ ਉਹਨੂੰ ਇੱਕ ਦਿਨ ਦੇ ਵਿੱਚ ਖਤਮ ਕਰ ਲੈਣਾ ਤੁਸੀਂ ਦੱਸਿਆ ਕਿ ਤੁਸੀਂ ਇਸ ਤਰੀਕੇ ਨਾਲ ਖਤਮ ਕਰ ਲੈਂਦੇ ਹੋ ਤੁਸੀਂ ਅੱਗੇ ਨਹੀਂ ਲੈ ਕੇ ਜਾਂਦੇ ਹੈਗੇ ਮੈਮ ਤੁਸੀਂ ਹੁਣ ਕੁਝ ਟਿਪਸ ਦੇ ਕੇ ਜਾਓ ਜੇਕਰ ਕਿਸੇ ਦੀ ਲੜਾਈ ਹੋ ਜਾਂਦੀ ਹੈ ਉਹਨੂੰ ਸੁਲਝਾ ਕਿਵੇਂ ਸਕਦੇ ਤੇ ਆਪਣੀ ਵਿਆਹੁਤਾ ਜੀਵਨ ਨੂੰ ਖੁਸ਼ਹਾਲੋ ਕਿਵੇਂ ਬਣਾ ਸਕਦੇ ਹੈਗੇ ਆ ਅੰਦਾ ਮਨ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਨੋ ਖਤਮ ਕਰਨਾ ਜਿਸ ਦਿਨ ਦੇਖੋ ਨਾ ਜਿਹੜੇ ਮਰਜ਼ੀ ਧਰਮ ਦੇ ਵਿੱਚ ਜਿਹੜੇ ਮਰਜ਼ੀ ਧਰਮ ਚ ਜੇ ਧਰਮ ਕਿਉਂਕਿ ਸਿਖਾਉਂਦਾ ਜੇ ਆਪਸੀ ਮਿਲਵਰਤਨ ਕੋਈ ਧਰਮ ਲੜਾਈ ਜਾਂ ਜੰਗ ਨਹੀਂ ਸਿਖਾਉਂਦਾ ਤਾਂ ਜਦੋਂ ਤੁਸੀਂ ਉਦੋਂ ਆਪਣੇ ਆਪ ਨੂੰ ਸਮਰਪਿਤ ਕਰਦੇ ਹੋ ਉਹਦੇ ਵਿੱਚ ਕੀ ਆਈਏ ਜਾਂਦਾ ਕਿ ਤੁਸੀਂ ਆਪਣਾ ਆਪ ਖਤਮ ਕਰਕੇ ਰੱਬ ਦੇ ਕੋਲ ਆਇਓ ਕਿ ਮੈਂ ਤਾਂ ਮੇਰੇ ਨਾਲ ਕੋਈ ਪਦਵੀ ਨਾ ਆਦਮਾ ਮੈਂ ਹੈ ਹੀ ਨਹੀਂ ਮੈਂ ਹਾਂ ਹੀ ਤੁਹਾਡੇ ਕੋਲ ਮੈਂ ਆਦਮੀ ਹਾਂ ਇੱਕਦਮ ਹੀ ਪਤਾ ਹੀ ਨਹੀਂ ਕੱਲ ਨੂੰ ਹਾਂ ਕਿ ਨਹੀਂ ਸੋ ਜਦੋਂ ਤੁਸੀਂ ਉਦੋਂ ਜਾਂਦੇ ਹੋ ਤੁਸੀਂ ਦੇਖੋਗੇ ਕਈ ਐਨੇ ਲੀਨ ਹੋ ਜਾਂਦੇ ਨੇ ਕਿ ਅੱਖਾਂ 'ਚੋਂ ਹੰਝੂ ਤੱਕ ਵਗਦੇ ਤੁਸੀਂ ਦੇਖਦੇ ਹੋ ਕਿ ਇੰਨਾ ਤੁਸੀਂ ਸਮਰਪਿਤ ਹੋ ਜਾਂਦੇ ਐਗਜ਼ੈਕਟਲੀ ਰਿਸ਼ਤਾ ਜਦੋਂ ਸਿੱਜਣਾ ਹੁੰਦਾ ਜੇ ਤਾਂ ਉਹਦੇ ਵਿੱਚ ਜੇ ਤਾਂ ਤੁਸੀਂ ਇਹੀ ਲੈ ਕੇ ਬਹਿ ਗਏ ਕਿ ਮੇਰਾ ਆਉਦਾ ਮੇਰੇ ਪੈਸੇ ਮੈਂ ਫਿਰ ਤਾਂ ਉਹ ਰਿਸ਼ਤਾ ਖਤਮ ਹੈ ਉਹਦੇ 'ਚ ਹੈ ਹੀ ਨਹੀਂ ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਮੈਂ ਤੋਂ ਅਸੀਂ ਬੰਨਣਾ ਦਮਨ ਔਖਾ ਨਹੀਂ ਹੈ ਲੱਗਦਾ ਲੱਗਦਾ ਕਿਸੇ ਨੂੰ ਸ਼ਾਇਦ ਅੱਜ ਲੱਗਦਾ ਹੋਏ ਪਰ ਜਦੋਂ ਅਸੀਂ ਕਹਿਣ ਲੱਗ ਜਾਂਦੇ ਆ ਨਾ ਇਹ ਸਾਡਾ ਕਰ ਇਹ ਸਾਡਾ ਸਾਂਝਾ ਇਹ ਟੱਬਰ ਯਾਨੀ ਜਦੋਂ ਤੁਸੀਂ ਸ਼ਬਦ ਮੈਂ ਤੋਂ ਸਾਡੇ ਤੇ ਆ ਜਾਂਦੇ ਹੋ ਨਾ ਤੁਹਾਡੇ ਅੰਦਰ ਆਟੋਮੈਟਿਕਲੀ ਉਹ ਚੀਜ਼ ਪਨਪ ਜਾਂਦੀ ਹੈ ਕਿ ਹਾਂ ਅਸੀਂ ਨਿਭਾਉਣਾ ਜਦੋਂ ਤੱਕ ਤੁਸੀਂ ਕਿਸੇ ਵੀ ਥਾਂ ਤੇ ਮੈਂ ਵੀ ਮੇਰੇ ਕਮਾਈ ਤੇ ਤੋਂ ਪਲ ਰਹੀ ਹਾਂ ਔਰ ਰਿਸ਼ਤਾ ਤਾਂ ਹੈ ਹੀ ਨਹੀਂ ਉਹ ਹੈ ਇਹ ਨਹੀਂ ਉਹ ਨਹੀਂ ਬਣਾਵਨੀ ਜਦੋਂ ਤੁਸੀਂ ਕਹਿੰਦੇ ਹੋ ਇਹ ਸਾਡਾ ਸਾਂਝਾ ਇਹ ਕਾਰੋਬਾਰ ਹੈ ਤੇ ਅਸੀਂ ਸਾਂਝਾ ਹੀ ਚਲਾਉਣਾ ਉਦੋਂ ਇਹ ਝਗੜੇ ਖਤਮ ਹੋ ਜਾਂਦੇ ਨੇ ਸੋ ਇੱਕੋ ਹੀ ਚੀਜ਼ ਜਿਸ ਦਿਨ ਜਿਹੜੇ ਵੀ ਜਣੇ ਬੈਠੇ ਨੇ ਕਿ ਮੈਂ ਖਤਮ ਕਰ ਦਿਓ ਤੋੜਾ ਰਿਸ਼ਤਾ ਆਪਣੇ ਆਪ ਨਿਕਲ ਜਾਣਾ ਸੀ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈਗੀ ਮੈਮ ਥੋੜਾ ਜਿਹਾ ਮੈਂ ਪਿੱਛੇ ਜਾਣਾ ਚਾਹੁੰਗੀ ਤੁਹਾਡੇ ਮਾਤਾ ਪਿਤਾ ਜੀ ਉੱਤੇ ਉਹਨਾਂ ਦਾ ਰਿਸ਼ਤਾ ਵੀ ਕਹਿੰਦੇ ਕਿ ਬਹੁਤ ਖੂਬਸੂਰਤ ਸੀ ਬੇਸ਼ੱਕ ਤੁਹਾਡੇ ਪਾਪਾ ਜੀ ਜਿਹੜਾ ਹੈ ਆਪਣੀ ਲਿਖਣ ਦੇ ਵਿੱਚ ਮਸ਼ਹੂਰ ਰਹਿੰਦੇ ਸੀ ਪਰ ਤੁਹਾਡੇ ਮਾਤਾ ਜੀ ਨੇ ਜਿਹੜਾ ਹੈ ਤੁਹਾਡੇ ਘਰ ਪਰਿਵਾਰ ਨੂੰ ਬਹੁਤ ਸੰਭਾਲ ਕੇ ਰੱਖਿਆ ਜੇ ਨਹੀਂ ਦੋਵਾਂ ਦੇ ਵਿੱਚ ਤਾਲਮੇਲ ਸੀਗਾ ਥੋੜਾ ਜਿਹਾ ਉਹਨਾਂ ਦੀ ਜ਼ਿੰਦਗੀ ਬਾਰੇ ਦੱਸੋ ਕਿ ਉਹਨਾਂ ਦੀ ਜ਼ਿੰਦਗੀ ਕਿਹੋ ਜੀ ਸੀ ਤੇ ਜੋ ਉਹਨਾਂ ਨੇ ਤੁਹਾਨੂੰ ਪੜ੍ਹਾ ਲਿਖਾ ਕੇ ਇੰਨਾ ਮੁਕਾਮਾਂ ਤੱਕ ਪਹੁੰਚਾ ਦਿੱਤਾ ਜੀ ਦਵਨ ਮੈਨੂੰ ਲੱਗਦਾ ਕਿ ਮੈਂ ਸਭ ਤੋਂ ਡਾਂਡੀ ਸੀ ਆਪਣੇ ਟੱਬਰ 'ਚ ਕਿਉਂਕਿ ਮੈਂ ਆਪਣੇ ਮੰਮੀ ਨਾਲ ਬਹੁਤ ਲੜਨਾ ਕਿ ਤੁਸੀਂ ਉਹਨਾਂ ਸਮਿਆਂ 'ਚ ਬੀਏ ਕੀਤੀ ਹੋਈ ਤੇ ਆਪਣਾ ਸਾਰਾ ਕਰੀਅਰ ਖਤਮ ਕਰਕੇ ਤੁਸੀਂ ਰੋਟੀਆਂ ਜੁਗ ਗਈ ਰਹੇਗੇ ਘਰ ਜੁਗ ਗਈ ਰਹੇਗੇ ਨਹੀਂ ਕਹਿੰਦੇ ਮੈਂ ਬੱਚੇ ਸਾਰੇ ਤਾਂ ਮੈਂ ਹੀ ਤਾਂ ਪਾਲਿਆ ਦੇਖੋ ਕਿਹੜੀ ਕਿਹੜੀਆਂ ਪੋਜੀਸ਼ਨਾਂ ਤੇ ਸਾਰੇ ਪਹੁੰਚੇ ਉਹ ਤੇਰਾ ਭਰਾ ਪਹੁੰਚਾ ਵਾਈਸ ਚਾਂਸਲਰ ਤੱਕ ਸਾਰੇ ਜਿਹੜੇ ਪਹੁੰਚੇ ਪੜ੍ਹ ਲਿਖ ਕੇ ਸਾਰਾ ਮੇਰਾ ਹੀ ਤਾਂ ਕੀਤਾ ਹੋਇਆ ਹੋਰ ਕਿਨੇ ਕੀਤਾ ਫੇਰ ਤਾਂ ਉਹਨਾਂ ਨੇ ਅਸਲ 'ਚ ਮੇਰੇ ਨਾਨਾ ਜੀ ਤੇ ਨਾਨੀ ਜੀ ਨੇ ਵੀ ਐਗਜ਼ੈਕਟਲੀ ਐਸੇ ਹੀ ਤਰੀਕੇ ਉਹਨਾਂ ਨੂੰ ਕਹਿੰਦੇ ਹੁੰਦੇ ਸਨ ਕਿ ਟੱਬਰ ਵਿੱਚ ਜਦੋਂ ਤੁਸੀਂ ਵਸਣਾ ਹੁੰਦਾ ਹੈ ਨਾ ਸੋਚਿਓ ਕਿ ਕੌਣ ਕਿਹੜੇ ਰੁਤਬੇ ਤੱਕ ਗਿਆ ਕੌਣ ਕਿੱਥੇ ਤੱਕ ਨਹੀਂ ਪਹੁੰਚ ਸਕਿਆ ਉਹ ਇੱਕ ਸਾਂਝ ਹੁੰਦੀ ਏ ਟੱਬਰ ਦੀ ਕਿ ਜਾਣਾ ਸਾਰਿਆਂ ਨੇ ਆ ਪਰ ਕੋਈ ਜੇ ਇੱਕ ਮਕਾਮ ਤੇ ਪਹੁੰਚ ਸਕੇਗਾ ਉਹ ਪਹੁੰਚੇਗਾ ਹੀ ਤਾਂ ਕਿਉਂਕਿ ਉਹਦੇ ਪਿੱਛੇ ਇੱਕ ਤਾਕਤ ਹੋਏਗੀ ਵਰਨਾ ਔਰਤ ਦੇ ਹੱਥ ਚ ਦਾਮ ਹੈ ਕਿ ਉਹ ਖਿੱਚ ਕੇ ਰੱਖੇ ਤਾਂ ਜਾ ਨਹੀਂ ਸਕਦਾ ਜਿਵੇਂ ਉਹਨਾਂ ਨੇ ਕਦੇ ਹਾਸੇ ਠੱਠੇ ਚ ਵੀ ਕਹਿ ਦੇਣਾ ਤੇ ਜੇ ਗੁਰੂ ਨਾਨਕ ਸਾਹਿਬ ਦੇ ਮੈਲ ਇਹ ਕਹਿ ਦਿੰਦੇ ਕਿ ਖਬਰਦਾਰ ਜਾਣਾ ਹੀ ਨਹੀਂ ਜੀ ਮੈਂ ਤਾਂ ਤੁਹਾਨੂੰ ਜਾਣ ਹੀ ਨਹੀਂ ਦਿੰਦੀ ਤੋ ਤਾਂ ਸ਼ਾਇਦ ਉਦਾਸੀਆਂ ਲਈ ਨਿਕਲ ਹੀ ਨਾ ਸਕਦੇ ਸੋ ਮਤਲਬ ਇਹ ਹੈ ਕਿ ਜੇ ਤੁਸੀਂ ਮਾਤਾ ਸਲੱਖਣੀ ਦਾ ਜ਼ਿਕਰ ਨਹੀਂ ਕਰੋਗੇ ਗੁਰੂ ਨਾਨਕ ਸਾਹਿਬ ਅਧੂਰੇ ਨੇ ਬਿਲਕੁਲ ਜੀ ਜਿਵੇਂ ਉਹਨਾਂ ਨੇ ਕਿਹਾ ਕਿ ਉਹ ਜਿਸ ਕੰਮ ਚ ਜੁਟੇ ਨੇ ਜਿਸ ਚ ਉਹਨਾਂ ਨੇ ਗੁਰਬਾਣੀ ਦੀ ਬਹੁਤ ਜ਼ਿਆਦਾ ਉਹਨਾਂ ਨੇ ਦੇਖੋ ਨਾ ਇੱਕ ਬਾਬਾ ਫਰੀਦ ਤੇ 65 ਸਾਲ ਲਾ ਦੇਣੇ ਖੋਜ ਤੇ ਬਹੁਤ ਮਾਇਨੇ ਰੱਖਦਾ ਜੇ ਇੰਨਾ ਕੰਮ ਉਹਨਾਂ ਨੇ ਕੀਤਾ ਖੋਜ ਤੇ ਆਧਾਰਿਤ ਤਾਂ ਫਿਰ ਉਹ ਜਾਂ ਤਾਂ ਦੋ ਹੀ ਕੰਮ ਹੋ ਸਕਦੇ ਸੀ ਜਾਂ ਤਾਂ ਫਿਰ ਉਹ ਘਰ ਸੰਭਲਦਾ ਘਰ ਚ ਲੱਗ ਜਾਂਦੇ ਤੇ ਜਾਂ ਫਿਰ ਮੇਰੇ ਮਦਰ ਸੰਭਦੇ ਸੋ ਉਹਨਾਂ ਨੇ ਸਾਰਾ ਕੁਝ ਬੱਚਿਆਂ ਕਰਕੇ ਆਪਣਾ ਛੱਡ ਕੇ ਕਿਹਾ ਵੀ ਮੈਂ ਜ਼ਿੰਦਗੀ ਸਮਰਪਿਤ ਕੀਤੀ ਮੈਂ ਇੱਕ ਨਿੱਕਾ ਜਿਹਾ ਵਾਕਿਆ ਮਜ਼ੇਦਾਰ ਜਿਹਾ ਦੱਸਦੀ ਹਾਂ ਇੱਕ ਵਾਰ ਮੈਂ ਤੇ ਵੀ ਜੀ ਹੁਣ ਇੰਜ ਸਾਹਮਣੇ ਤੁਹਾਨੂੰ ਤੇ ਪਤਾ ਹੀ ਇੱਥੇ ਘਰ ਹੈ ਤੇ ਅਸੀਂ ਇੱਥੋਂ ਹੀ ਇੰਜ ਪਿੱਛੇ ਪੈਦਲ ਹੀ ਜਾਂਦੇ ਹੁੰਦੇ ਸੀ ਅਸੀਂ ਗੁਰਦਾਰਾ ਸਾਹਿਬ ਗੁਰਦਾਰਾ ਮੋਤੀ ਬਾਗ ਅਸੀਂ ਪੈਦਲ ਜਾਂਦੇ ਹੁੰਦੇ ਸੀ ਉੱਥੇ ਸੁਣਨਾ ਸ਼ਬਦ ਸੁਣਨੇ ਤੇ ਫਿਰ ਅਸੀਂ ਪਰ ਸ਼ਾਹਦ ਲੈਣਾ ਤੇ ਵਾਪਸ ਆ ਜਾਣਾ ਤੇ ਜਾਣ ਲੱਗਿਆ ਨਾ ਕਹਿਣ ਲੱਗੇ ਵੀ ਜੀ ਕਿ ਮੈਂ ਨਾ ਉਹਨੂੰ ਕਿਹਾ ਇੱਕ ਬੰਦੇ ਨੂੰ ਆ ਥੋੜਾ ਜਿਹਾ ਸਮਾਨ ਕੱਢਿਆ ਤੇ ਉਹ ਕਬਾੜੀਏ ਨੇ ਆਣਾ ਤੇ ਆ ਜਿਹੜਾ ਬਾਹਰ ਕੱਢਿਆ ਸਿਰਫ ਰੱਖਿਆ ਇੰਨਾ ਹੀ ਚਕਾਣਾ ਬਾਕੀ ਨਾ ਕੁਝ ਛੇੜਨ ਦੇਣਾ ਬਾਕੀ ਨਹੀਂ ਦੇਣਾ ਲਓ ਜੀ ਸਾਹਮਣੇ ਬਰਾਂਡਾ ਤੁਸੀਂ ਦੇਖਿਆ ਜਿੱਥੇ ਉਹ ਬੈਠੇ ਆਪਣਾ ਲਿਖਣ ਪੜ੍ਹਨ ਦਾ ਕੰਮ ਕਰ ਰਹੇ ਸੀ ਤੇ ਅਸੀਂ ਕੱਢਿਆ ਹੋਇਆ ਸਮਾਨ ਥੋੜਾ ਜਿਹਾ ਜਿਹੜਾ ਦੇਣਾ ਸੀ ਕੋਈ ਟੁੱਟੇ ਲੋਹਾ ਸੀ ਕੁਝ ਥੋੜਾ ਬਹੁਤ ਇਦਾਂ ਦਾ ਤੇ ਉਹ ਪਿਆ ਸੀ ਤੇ ਸਾਹਮਣੇ ਸਾਡਾ ਗੈਰੇਜ ਹੈਗਾ ਜਿੱਥੇ ਬਾਕੀ ਉਹ ਢੋਆ ਹੋਇਆ ਹੋਇਆ ਸੀਗਾ ਅਸੀਂ ਜੀ ਚਲੇ ਗਏ ਜਦੋਂ ਅਸੀਂ ਘੰਟੇ ਕੇ ਬਾਅਦ ਵਾਪਸ ਆਏ ਤੇ ਦਰਵਾਜ਼ਾ ਸਾਹਮਣਾ ਗੈਰੇਜ ਦਾ ਖੁੱਲਾ ਤੇ ਖਾਲੀ ਤੇ ਨਾ ਉਹ ਸਮਾਨ ਪਿਆ ਤੇ ਉਹ ਉਦਾਂ ਹੀ ਪਾਪਾ ਜੀ ਆਪਣਾ ਲਿਖਦੇ ਪਏ ਆ ਉੱਥੇ ਬੈਠੇ ਆ ਤੇ ਅਸੀਂ ਉਹ ਆਂਦੇ ਸਰਬੀ ਜੀ ਨੇ ਕਿਹਾ ਕਿ ਆ ਆ ਲੈ ਗਿਆ ਕਬਾੜੀ ਆਸਮਾਨ ਕਹਿੰਦੇ ਕਿਹੜਾ ਕਬਾੜੀਆ ਕਹਿੰਦੇ ਕਿਹੜਾ ਕੀ ਮਤਲਬ ਆ ਜਿਹੜਾ ਸਮਾਨ ਬਾਹਰ ਪਿਆ ਸੀ ਉਹ ਕਿੱਥੇ ਗਿਆ ਕਹਿੰਦੇ ਆਇਆ ਹੋਣਾ ਲੈ ਗਿਆ ਹੋਣਾ ਮੈਂ ਬਿਜ਼ੀ ਸੀ ਤੇ ਕਹਿੰਦੇ ਆ ਤਾਂ ਠੀਕ ਐ ਉਹ ਜਿਹੜਾ ਅੰਦਰ ਸੀਗਾ ਸਾਰਾ ਸਮਾਨ ਪਿਆ ਮੇਰੇ ਟਰੰਕ ਤੇ ਮੇਰੇ ਸਾਰਾ ਕੁਝ ਉਹ ਕਿੱਥੇ ਐ ਤੇ ਉਹ ਕਹਿੰਨ ਲੱਗੇ ਕਿਹੜੇ ਟਰੰਕ ਕਹਿੰਦਾ ਤੈਨੂੰ ਖੜਕਾ ਵੀ ਨਹੀਂ ਸੁਣਿਆ ਵੀ ਐਡਾ ਸਾਰਾ ਸਮਾਨ ਸਾਹਮਣੇ ਬੈਠਿਓ ਉਹ ਪਾਕਿਸਤਾਨੋਂ ਆਇਆ ਉਹਨਾਂ ਦਾ ਮੇਰੇ ਮਦਰ ਦਾ ਯਾਨੀ ਉਹਦੋਂ ਦਾ ਜਿਵੇਂ ਉਹਨਾਂ ਦੇ ਤਾਜ ਵਿੱਚ ਦਿੱਤਾ ਹੋਇਆ ਉਹ ਮਤਲਬ ਸਾਡੇ ਲਈ ਤਾਂ ਬਹੁਤ ਬੇਸ਼ਕੀਮਤੀ ਚੀਜ਼ ਹੁੰਦੀ ਉਹ ਯਾਨੀ ਬੰਦੇ ਨੇ ਪਤਾ ਨਹੀਂ ਇੱਕ ਵਾਰ ਤਾਂ ਚੱਕਿਆ ਹੀ ਨਹੀਂ ਸੀ ਜਾ ਸਕਦਾ ਜਿਹੜਾ ਸਾਰਾ ਸਮਾਨ ਚੱਕ ਕੇ ਖਰੇ ਦੋ ਕਿ ਤਿੰਨ ਘੇੜਿਆਂ ਚ ਬੰਦਾ ਸਭ ਕੁਝ ਚੱਕ ਕੇ ਲੈ ਗਿਆ ਤੇ ਮੈਂ ਤਾਂ ਉਸ ਦਿਨ ਸੱਚੀ ਕਹਿ ਰਹੀ ਆ ਮੈਂ ਬਹੁਤ ਘਬਰਾ ਲੱਗ ਫਈ ਮੈਂ ਤਾਂ ਬਹੁਤ ਬੁੱਲੀ ਸੀ ਕੀ ਹੋਇਆ ਸਾਰਾ ਘਰ ਲੁੱਟ ਗਿਆ ਤੇ ਨੇ ਉਸ ਦਿਨ ਬਹੁਤ ਇੱਕ ਸਬਕ ਵੀ ਸਿੱਖਿਆ ਤਾਂ ਮਨ ਮੇਰੇ ਮਦਰ ਦੇ ਚਿਹਰੇ ਤੇ ਰੱਤੀ ਵੀ ਸ਼ਿਕਨ ਨਹੀਂ ਸੀ ਕਿ ਉਹਨਾਂ ਦੇ ਆਪਿਓ ਰਏ ਨਹੀਂ ਤੇ ਉਹ ਇੱਕ ਯਾਦ ਹੁੰਦੀ ਹੈ ਕਿਸੇ ਔਰਤ ਲਈ ਕਿ ਮੈਂ ਇਦਾਂ ਦੀ ਚੀਜ਼ ਤੇ ਕੁਝ ਵੀ ਨਹੀਂ بچਿਆ ਖਾਲੀ ਤੇ ਉਹ ਚੁੱਪ ਕਰਕੇ ਅੰਦਰ ਗਏ ਤੇ ਉਹ ਖਾਣਾ ਬਣਾਉਣ ਵਾਲ ਨੂੰ ਲੱਗ ਗਏ ਤੇ ਮੈਂ ਕਿਹਾ ਤੁਸੀਂ ਕਿੱਦਾਂ ਦੇ ਹੋ ਕਿ ਸਾਰਾ ਕੁਝ ਗਵਾ ਬੈਠੇ ਤੇ ਤੁਸੀਂ ਬੋਲੇ ਹੀ ਨਹੀਂ ਹੱਦ ਹੋ ਗਈ ਵੀ ਤੁਸੀਂ ਲੜੇ ਵੀ ਨਹੀਂ ਕਿਸ ਤਰ੍ਹਾਂ ਦੀ ਗੱਲ ਹੋਈ ਤੇ ਦਮਨ ਨੂੰ ਮੈਨੂੰ ਕਹਿਣ ਲੱਗੇ ਉਹਨਾਂ ਦੀ ਬਿਰਤੀ ਜੁੜੀ ਸੀ ਤੇ ਉਹ ਵੀ ਬਾਬਾ ਫਰੀਦ ਦੇ ਨਾਲ ਮੈਂ ਸਮਝ ਸਕਦੀ ਆ ਕਿ ਜਦੋਂ ਕੋਈ ਇੰਨਾ ਨਿਠ ਕੇ ਕੰਮ ਕਰ ਰਿਹਾ ਹੋਏ ਜਿਵੇਂ ਕੋਈ ਸੁਨਿਆਰਾ ਕਰਦਾ ਨਾ ਵੀ ਹਲਕੀ ਹਲਕੀ ਠਕੋਰ ਨਾਲ ਜਿਵੇਂ ਸੋਨੇ ਨੂੰ ਕੱਟਦਾ ਉਹ ਉਹੀ ਚੀਜ਼ ਉਹ ਲੱਗੇ ਨੇ ਸ਼ਾਇਦ ਜਿਹੜੀ ਅਗਲੀ ਆਉਣ ਵਾਲੀਆਂ ਪੁਸ਼ਤਾਂ ਲਈ ਕੁਝ ਬੇਸ਼ਕੀਮਤੀ ਸਿਰਜ ਜਾਣਗੇ ਜੇ ਮੈਂ ਉਹਨਾਂ ਦੀ ਉਹ ਬਿਰਤੀ ਆ ਲੋਏ ਵਾਸਤੇ ਖਰਾਬ ਕਰ ਦਿਆਂ ਤਾਂ ਮੈਨੂੰ ਲੱਗਦਾ ਕਿ ਫਿਰ ਮੇਰਾ ਇਹ ਯੋਗਦਾਨ ਗਲਤ ਹੋਏਗਾ। ਦਮਨ ਮੈਂ ਸ਼ਾਇਦ ਉਸ ਰਾਤ ਸੁੱਤੀ ਨਹੀਂ ਸੀ। ਮੇਰੇ ਲਈ ਇਹ ਕੰਪੈਰੀਜ਼ਨ ਕਰਨਾ ਔਖਾ ਹੋ ਗਿਆ ਕਿ ਮੇਰੀ ਜ਼ਿੰਦਗੀ ਚ ਕੌਣ ਵੱਡਾ ਰੋਲ ਮਾਡਲ ਹੋਏਗਾ? ਮੇਰਾ ਪਿਓ ਕਿ ਮੇਰੀ ਮਾਂ। ਸੋ ਮੈਂ ਉਹ ਪਲੜਾ ਅੱਜ ਤੱਕ ਵੀ ਉੰਜ ਹੀ ਲਈ ਬੈਠੀ ਆ ਕਿ ਮੇਰੇ ਲਈ ਜੇ ਰਤਬਾ ਕੋਈ ਮੇਰੇ ਪਾਪਾ ਜੀ ਨੇ ਕਿ ਉਹ ਪრეਜ਼ੀਡੈਂਟ ਅਵਾਰਡ ਤੱਕ ਗਏ ਤਾਂ ਮੈਨੂੰ ਦਿਸਦਾ ਹੈ ਕਿ ਉਹ ਪਲੜਾ ਮੇਰੀ ਮਾਂ ਦਾ ਬਹੁਤ ਭਾਰੀ ਸੀ ਜਿਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਕਿ ਤੁਸੀਂ ਉਹ ਚੀਜ਼ ਹਾਸਲ ਕਰ ਲਓ ਜਾਂ ਜੋ ਪੁਸ਼ਤਾ ਅਗਲੀਆਂ ਨਸਲਾਂ ਤੱਕ ਪਹੁੰਚਣੀ ਜੇ ਚੀਜ਼ ਜੇ ਮੇਰੀ ਮਾਂ ਉਸ ਤਰੀਕੇ ਨਾ ਹੁੰਦੀ ਤਾਂ ਪਹੁੰਚਣੀ ਨਹੀਂ ਸੀ ਜੀ ਮੈਂ ਵੀ ਇਹੀ ਚੀਜ਼ ਸੋਚ ਰਹੀ ਕਿ ਇੰਨਾ ਸਬਰ ਹਣਾ ਕਿ ਕਿsedਾ ਕੀਮਤੀ ਕੋਈ ਸਮਾਨ ਜੋ ਉਹਨਾਂ ਦੇ ਮਾਪੇ ਬਣਾ ਜੁੜਿਆ ਹੋਵੇ ਕੋਈ ਲੈ ਗਿਆ ਤੇ ਉਹਨਾਂ ਨੇ ਅੱਗੋਂ ਇੱਕ ਲਫ਼ਜ਼ ਵੀ ਨਾ ਬੋਲਿਆ ਹੋਵੇ ਇੰਨਾ ਸਬਰ ਜਿਹੜਾ ਆ ਉਹਨਾਂ ਦੇ ਵਿੱਚ ਆ ਕਿਵੇਂ ਗਿਆ ਕਿਉਂਕਿ ਰਿਸ਼ਤੇ ਨਭਾਉਣੇ ਸਬਰ ਹੋਣਾ ਬਹੁਤ ਜ਼ਰੂਰੀ ਹੈ ਜੀ ਮੇਰਾ ਖਿਆਲ ਜਿਹੜੇ ਵੀ ਜਿਹਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਜਾਣਦੇ ਹੋਣਗੇ ਮੇਰੇ ਨਾਨਾ ਜੀ ਨੂੰ ਮੇਰਾ ਖਿਆਲ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਉਥੋਂ ਹੀ ਸਿੱਖ ਲੈਣਗੇ ਕਿ ਜਿਨ੍ਹਾਂ ਨੇ ਟੁੱਟੀ ਜੁੱਤੀ ਹੈ ਨਾ ਜੀ ਜਿਹੜੀ ਉਹ ਪਾਈ ਛਾਲਿਆਂ ਦੇ ਨਾਲ ਜੇ 14 ਮੀਲ ਦਾ ਪੈਂਡਾ ਉਹ ਤੁਰ ਸਕਦੇ ਸਨ ਇੱਕ ਵਾਰ ਸ਼ਿਕਾਇਤ ਨਹੀਂ ਕੀਤੀ ਕਿ ਸ਼ੁਕਰ ਹੈ ਰੱਬਾ ਇਹ ਵੀ ਸ਼ੁਕਰ ਹੈ ਐਵੀਂ ਜਰ ਜਾਵਾਂਗੇ ਤਾਂ ਮੇਰੀ ਮਾਂ ਇਦਾਂ ਦੀ ਹੋਣੀ ਸੀ ਜੀ ਮੈਂ ਜੀ ਤੁਹਾਡੀ ਸ਼ਖਸੀਅਤ ਘੜਨ ਦੇ ਵਿੱਚ ਤੁਹਾਡੇ ਮਾਪਿਆਂ ਦਾ ਬਰਾਬਰ ਦਾ ਯੋਗਦਾਨ ਹੈ ਹਨਾ ਪਿਤਾ ਜੀ ਤੇ ਮਾਤਾ ਜੀ ਦੋਵਾਂ ਦਾ ਜੀ ਜਿਵੇਂ ਤੁਸੀਂ ਕਹੇ ਕਿ ਅਜ ਤੱਕ ਤੁਸੀਂ ਪਲੜਾ ਲੈ ਕੇ ਬੈਠੇ ਹੋ ਕਿ ਤੁਹਾਨੂੰ ਨਹੀਂ ਪਤਾ ਕਿ ਕਿਹਦਾ ਯੋਗਦਾਨ ਯਾਦਾ ਸੀਗਾ ਜੀ ਤੁਹਾਡੇ ਮਾਤਾ ਜੀ ਦਾ ਇੱਕ ਮੱਲਕੀ ਵਰਖਰਾ ਜ ਸੁਭਾਅ ਸੀਗਾ ਜਿਹਨੂੰ ਬਹੁਤ ਘੱਟ ਲੋਕ ਜਾਣਦੇ ਕਿਉਂਕਿ ਪਿਤਾ ਜੀ ਨੂੰ ਤਾਂ ਹਰ ਕੋਈ ਜਾਣਦਾ ਹੈਗਾ ਆ ਅਸੀਂ ਹੋਰ ਕੁਝ ਵੀ ਤੁਹਾਡੇ ਮਾਤਾ ਜੀ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਹੈਗੇ ਕਿ ਉਹ ਕਿਹੋ ਜਿਹੀ ਸ਼ਖਸੀਅਤ ਸਨ ਕਿਉਂਕਿ ਅਸੀਂ ਅਕਸਰ ਹੀ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਜ਼ਿਕਰ ਕਰਦੇ ਆ ਅਸੀਂ ਤੁਹਾਡੇ ਮਾਤਾ ਜੀ ਦਾ ਜ਼ਿਕਰ ਬਹੁਤ ਘੱਟ ਸੁਣਦੇ ਹੈਗੇ ਆ ਇੱਕ ਤਾਂ ਇਹ ਜ਼ਰੂਰ ਦੱਸੋ ਕਿ ਉਹਨਾਂ ਦਾ ਨਾਮ ਕੀ ਸੀਗਾ ਤੇ ਥੋੜਾ ਜਿਹਾ ਇਹ ਵੀ ਦੱਸੋ ਕਿ ਉਹਨਾਂ ਦੇ ਹੋਰ ਵੀ ਸੁਭਾਅ ਦੀਆਂ ਗੱਲਾਂ ਜੀ ਹਾਂ ਜੀ ਮੇਰੇ ਮੰਮੀ ਦਾ ਨਾਮ ਸੀ ਨਰਿੰਦਰ ਕੌਰ ਜੀ ਉਹਨਾਂ ਦਾ ਮੈਂ ਆਪਣੇ ਪੂਰੀ ਜ਼ਿੰਦਗੀ ਚ ਕਦੇ ਉਹਨਾਂ ਦੀ ਉੱਚੀ ਆਵਾਜ਼ ਸੁਣੀ ਨਹੀਂ ਕਦੇ ਵੀ ਨਹੀਂ ਤੁਸੀਂ ਇਹ ਦੇਖੋ ਕਿ ਮੇਰੇ ਦਾਦਾ ਜੀ ਦੇ ਉਦੋਂ ਕਿਉਂਕਿ ਆਜ਼ਾਦੀ ਦੇ ਕੁਲਾਟੀਏ ਸਨ ਉਦੋਂ ਉਹਨਾਂ ਦੇ ਸਟੇਜਾਂ ਤੇ ਜਦੋਂ ਤਕਰੀਰਾਂ ਕਰਨੀਆਂ ਤੇ ਉਦੋਂ ਬ੍ਰਿਟਿਸ਼ ਉਹ ਜੋ ਸੋਲਜਰ ਜਨ ਹੈ ਤਾਂ ਸਾਡੇ ਹੀ ਸਨ ਨਾ ਇੱਥੋਂ ਦੇ ਉਹਨਾਂ ਦੇ ਡਾਂਗਾ ਮਾਰੀਆਂ ਤੇ ਉਹਨਾਂ ਸਾਡੇ ਘਰ ਚ ਪੈਸੇ ਦੀ ਬਹੁਤ ਕਿਲਤ ਸੀ ਉਹਨਾਂ ਦੇ ਸਿਰ ਤੇ ਵੀ 60 ਵੱਜੀ ਤੇ ਉਹ ਫਿਰ ਇਲਾਜ ਕਰਨ ਜੋਗੇ ਪੈਸੇ ਨਹੀਂ ਸੀ ਤੇ ਉਹ ਹਾਲਾਂਕਿ ਬਹੁਤ ਸੋਹਣਾ ਲਿਖਦੇ ਬੋਲਦੇ ਸੀ ਪਰ ਉਹ 60 ਤੋਂ ਬਾਅਦ ਉਹ ਇੱਕ ਤਰੀਕੇ ਕਹਿ ਲਓ ਕਿ ਨਕਾਰਾ ਹੋ ਗਏ ਕਿ ਇਲਾਜ ਕਰਾਉਣ ਜੋਗੇ ਨਹੀਂ ਸੀ ਸੋ ਸਿਰਫ ਬੈਠੇ ਰਹਿੰਦੇ ਸਨ ਪਰ ਕਿਉਂਕਿ ਉਹਨੀ ਸੋਝੀ ਨਹੀਂ ਸੀ ਰਹੀ ਉਹਨਾਂ ਦਾ ਸਾਰੀ ਸੇਵਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਲੋਕ ਫਲੋਰੈਂਸ ਨਾਈਟਿੰਗਲ ਦੀ ਗੱਲ ਕਰਦੇ ਹੋਣਗੇ ਕਿ ਜਿੰਨੀ ਮੈਂ ਉਹਨਾਂ ਨੂੰ ਆਪਣੇ ਅੱਖੀਂ ਦੇਖਿਆ ਕਿ ਉਹਨਾਂ ਨੂੰ ਜਿਵੇਂ ਕਈ ਵਾਰ ਪ੍ਰਾਤ ਭਰ ਕੇ ਆਟਾ ਗੁੰਨਣਾ ਉਹਨਾਂ ਨੇ ਤੇ ਉਹ ਕਿਉਂਕਿ ਸੋਜੀ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਉਹ ਖਾ ਹੀ ਜਾਣਾ ਉਹਨਾਂ ਨੇ ਜਿਸ ਦਿਨ ਬੈਠੇ ਤਾਂ ਖਾਈ ਹੋਈ ਜਾਣਾ ਨਹੀਂ ਖਾਣਾ ਤਾਂ ਫਿਰ ਉਹਦੇ ਨਹੀਂ ਹੋਈ ਖਾਣਾ ਨਾ ਨਾਣ ਬੈਠਣਾ ਨਹੀਂ ਤਾਂ ਫਿਰ ਉਹਨਾਂ ਨੇ ਸੇਵਾ ਉਹਨਾਂ ਦੀ ਕਰਨੀ ਕਈ ਵਾਰ ਮਾਲਮੁੱਤਰ ਵਿੱਚੇ ਕਰ ਜਾਣਾ ਉਹ ਸੇਵਾ ਯਾਨੀ ਮੈਂ ਇੰਨੀ ਨਿਸਵਾਰਥ ਸੇਵਾ ਉਹਨਾਂ ਨੂੰ ਕਰਦਿਆਂ ਮੈਂ ਮੈਂ ਤਾਂ ਭਾਵੇਂ ਬੋਲ ਪੈਂਦੀ ਸਾਂ ਵੀ ਤੁਸੀਂ ਇਵੇਂ ਕਿਉਂ ਸਾਰਾ ਕੁਝ ਕਰਨਾ ਉਹਨਾਂ ਨੇ ਮੈਨੂੰ ਕਹਿਣਾ ਵੀ ਰੱਬ ਵਿਰਲਿਆਂ ਨੂੰ ਚੁਣਦਾ ਇਹੋ ਜੀ ਗੱਲ ਕੋਈ ਗੱਲ ਨਹੀਂ ਅਸੀਂ ਇਹ ਕੋਈ ਫਰਕ ਨਹੀਂ ਪੈਂਦਾ ਇਹ ਕਰਨਾ ਹੁੰਦਾ ਤੁਸੀਂ ਮਾਂ ਪਿਓ ਦੀ ਕਰੀ ਦੀ ਹੈ ਮਮ ਜਾਂਦੇ ਜਾਂਦੇ ਸਾਡੇ ਦੈਸ਼ਕਣ ਕੀ ਕਹਿਣਾ ਚਾਹੁੰਦੇ ਹੋ ਜੀ ਇਨਸਾਨ ਯਾਨੀ ਜੋ ਹੈ ਉਹ ਸੋਸ਼ਲ ਐਨੀਮਲ ਹੈ ਯਾਨੀ ਇਕੱਲਾ ਕੋਈ ਵੀ ਕੁਝ ਨਹੀਂ ਕਰ ਸਕਦਾ ਤੁਸੀਂ ਦੌੜ ਐਸੀ ਇੱਕ ਫੜ ਲਈ ਐ ਸੀ ਜਿੱਥੇ ਅਸੀਂ ਸਿਖਰ ਤੇ ਤਾਂ ਪਹੁੰਚ ਜਾਣਾ ਅਸੀਂ ਇੱਥੇ ਪਹੁੰਚ ਗਏ ਜੀ ਪਰ ਉੱਥੇ ਜਾ ਕੇ ਦੇਖਦੇ ਆਂ ਬਾਕੀ ਬਹੁਤ ਪਿਛਾਰ ਰਹਿ ਗਏ ਅਸੀਂ ਕੱਲੇ ਹੀ ਰਹਿ ਗਏ ਆਂ ਕੋਸ਼ਿਸ਼ ਕਰੀਏ ਅਸੀਂ ਉਬੁੰਤੂ ਇੱਕ ਕਹਾਣੀ ਤੁਹਾਡਾ ਨਾਲ ਇੱਕ ਮਿੰਟ ਸੈਲਫ ਲੈ ਲਵਾਂ ਕਿ ਮੰਦ ਬੁੱਧ ਬੱਚੇ ਸਨ ਸਾਰੇ ਇੱਕ ਦੌੜ ਚ ਲੱਗੇ ਹੋਏ ਸਨ ਤੇ ਉਹ ਦੌੜ ਜਦੋਂ ਕਰਦੇ ਪਏ ਸਨ ਸਾਰੇ ਹੱਲਾਸ਼ੇਰੀ ਦੇ ਰਹੇ ਸਨ ਸ਼ਾਬਾਸ਼ ਬੱਕਾ ਦੌੜੋ ਉਹਨਾਂ ਚੋਂ ਇੱਕ ਬੱਚਾ ਗਿਰ ਗਿਆ ਤੇ ਬਾਕੀਆਂ ਨੇ ਹੱਲਾਸ਼ੇਰੀ ਜਾਰੀ ਰੱਖੀ ਚਲੋ ਜੀ ਦੌੜੋ 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 ਤੇ ਉਹ ਸਾਰੇ ਪਰ ਦੌੜੇ ਨਹੀਂ ਖੜੇ ਹੋ ਗਏ ਉਹਨਾਂ ਨੇ ਉਹਨੂੰ ਦੇਖਿਆ ਕਿ 6:00 ਵਜੇ ਸੀ ਸੋ ਸਾਰਿਆਂ ਨੇ ਬਾਹਾਂ ਨਾਲ ਇਸੇ ਤਰ੍ਹਾਂ ਬਾਹਾਂ ਮੋਢੇ ਜੋੜੇ ਤੇ ਉਹਨੂੰ ਨਾਲ ਖੜਾ ਕਰ ਲਿਆ ਤੇ ਸਾਰੇ ਫਿਰ ਇੱਕੋ ਲਾਈਨ ਵਿੱਚ ਦੌੜ ਕੇ ਅਖੀਰ ਤੱਕ ਗਏ ਇਹ ਕਹਾਣੀ ਬਹੁਤ ਡੂੰਗੀ ਇੱਕ ਜਾਨੀ ਮਕਸਦ ਨਾਲ ਕਢੀ ਗਈ ਸੀ ਦੱਸਣ ਲਈ ਕੀ ਅਸੀਂ ਸਾਰੇ ਜਿਹਨੇ ਅੱਜ ਰੇਸ ਤਾਂ ਮੈਂ ਤੇਰੇ ਤੋਂ ਅੱਗੇ ਮੈਂ ਤੇਰੇ ਤੋਂ ਅੱਗੇ ਇਸ ਰੇਸ ਨੇ ਮੁੱਕਣਾ ਤਾਂ ਹੈ ਹੀ ਐ ਪਰ ਉਹ ਮੁੱਕ ਤੇ ਮਰ ਮੁੱਕ ਜਾ ਕੇ ਅਸੀਂ ਬਿਲਕੁਲ ਹੀ ਖਤਮ ਹੋ ਜਾਈਏ ਨਾਲੋਂ ਕਿਉਂ ਨਾ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਉਹ ਜਿਹੜੀ ਸਾਂਝ ਹੋਏਗੀ ਉਹ ਸਦ ਭਾਵਨਾ ਹੋਏਗੀ ਉਹ ਪਿਆਰ ਉਹ ਮੁਹੱਬਤ ਉਹ ਕਿਸੇ ਨੂੰ ਮਰਨ ਨਹੀਂ ਦਿੰਦਾ ਉਹ ਤੁਰ ਜਾਣ ਬਾਅਦ ਵੀ ਸਦੀਆਂ ਤੱਕ ਲੋਕ ਮਨਾਂ ਵਿੱਚ ਉਹੀ ਪਿਆਰ ਉਹੀ ਮੁਹੱਬਤ ਰੱਖਦੇ ਨੇ ਸੋ ਆਓ ਇਹ ਦੌੜ ਚੋਂ ਹਟ ਕੇ ਇੱਕਠੇ ਇੱਕ ਸਾਂਝ ਗੰਢੀਏ ਮੈਂ ਤੁਸੀ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ